ਹੁਣ ਰੀਫਰੈਸ਼ ਟ੍ਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟ੍ਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99, ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਹੈ ਵੀਰਵਾਰ ਅਤੇ ਤਰੀਕ ਹੈ ਜੀ 11 ਅਪ੍ਰੈਲ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਸਟੋਕਟਨ ਤੋਂ ਤ੍ਰਿਪਤੀਪਾਲ ਸਿੰਘ ਹੋਰਾਂ ਵੱਲੋਂ, ਲੰਡਨ ਕੈਨੇਡਾ ਤੋਂ ਜਗਜੀਤ ਸਿੰਘ ਹੋਰਾਂ ਵੱਲੋਂ, ਅਤੇ ਇਸ ਪ੍ਰੋਗਰਾਮ ਨੂੰ ਹਮੇਸ਼ਾ ਹੀ ਸਪੋਂਸਰ ਕਰਦੇ ਨੇ, ਹਮੇਸ਼ਾ ਹੀ ਸਾਥ ਦਿੰਦੇ ਨੇ ਬਲਵੀਰ ਸਿੰਘ ਉਸਮਾਨਪੁਰ ਹੋਰੀ ਅਤੇ ਮਨਰਾਜ ਕੰਗ ਹੋਰੀ ਵਰਜੀਨੀਆ ਤੋਂ, ਅਤੇ ਹੋਰ ਸਾਰੇ ਸੱਜਣ ਵੀਰ ਜਿਨ੍ਹਾਂ ਦੇ ਮੈਂ ਨਾਂ ਅੱਗੇ ਅੱਗੇ ਲੈਂਦਾ ਰਹਾਂਗਾ, ਅਤੇ ਉਹਨਾਂ ਦਾ ਅਤੇ ਮਹਿਤਾਬ ਸਿੰਘ ਕੱਲ੍ਹ ਨੂੰ ਹੋਰੀ ਬਾਈ ਜੀ ਸਾਰਿਆਂ ਦਾ ਵਰਜੀਨੀਆ ਤੋਂ ਬਹੁਤ ਧੰਨਵਾਦੀ ਹਾਂ ਜਿਹੜੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ। ਬਲਜੀਤ ਸਿੰਘ ਸਿੱਧੂ ਹੋਰੀ ਇੰਡੀਅਨ ਐਪਲਿਸ ਤੋਂ, ਉਹ ਵੀ ਸਾਡਾ ਬਹੁਤ ਸਾਥ ਦਿੰਦੇ ਨੇ। ਸੋ ਤੁਹਾਡੇ ਸਾਥ ਦੇ ਨਾਲ ਹੀ ਪ੍ਰੋਗਰਾਮ ਪਿਛਲੇ  9.5 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਹੈ, ਅਤੇ 10 ਸਾਲ ਵੀ ਛੇਤੀ ਪੂਰੇ ਕਰ ਲਾਂਗੇ। ਸੋ ਕਿਸੇ ਵੀ ਇੱਕ ਨਿਰਪੱਖ ਰੇਡੀਓ ਨੂੰ ਇੰਨਾ ਸਮਾਂ ਚੱਲਣਾ, ਉਹ ਵੀ ਬਿਨਾਂ ਕਿਸੇ ਬਾਹਰੀ ਸਪੋਰਟ ਤੋਂ, ਸਿਰਫ ਤੁਹਾਡੇ ਸਰੋਤਿਆਂ ਦੀ ਸਪੋਰਟ ਦੇ ਨਾਲ ਹੀ ਇਹ ਪ੍ਰੋਗਰਾਮ ਚੱਲ ਰਿਹਾ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਅਮਰੀਕਾ ਦੀ ਬਹੁਤ ਹੀ ਟਰੱਸਟਿਡ ਅਤੇ ਵਧੀਆ ਲਾਅ ਫਰਮ ਜਿਹੜੀ ਪੈਨ ਅਮੈਰੀਕਾ, ਯਾਨੀ ਕਿ ਸਾਰੇ ਅਮੈਰੀਕਾ ਦੇ ਵਿੱਚ ਅਸਾਈਲਮ ਦੇ ਕੇਸ ਫਾਈਟ ਕਰਦੀ ਹੈ ਜੀ। ਨਿਊਯਾਰਕ ਦੇ ਸਮੇਂ ਮੁਤਾਬਕ ਐਮੀ ਗੈਲ ਹੋਰਾਂ ਨਾਲ ਅਪੁਆਇੰਟਮੈਂਟ ਬਣਾਓ 212-619-2859, ਜਾਂ ਫਿਰ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ 7186121188 ਤੇ ਵਟਸਐਪ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਅਮਰੀਕਾ ਤੋਂ ਬਾਹਰ ਕਿਤੇ ਵੀ 3 ਸਾਲ ਪੁਰਾਣਾ ਬਿਜ਼ਨਸ ਹੈ ਅਤੇ ਅਮਰੀਕਾ ਦੇ ਵਿੱਚ ਸਮੇਤ ਪਰਿਵਾਰ ਐਡਜਸਟ ਹੋਣਾ ਚਾਹੁੰਦੇ ਹੋ, ਸੈੱਟ ਹੋਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਰਾਜਵੀਰ ਸਿੰਘ ਹੋਰਾਂ ਨੂੰ। ਕੈਂਟ ਵਾਸ਼ਿੰਗਟਨ ਦੇ ਵਿੱਚ ਬਹੁਤ ਹੀ ਮਾਹਿਰ ਨੇ ਅਕਾਊਂਟੈਂਸੀ ਅਤੇ ਟੈਕਸਿਸ ਦੇ, ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰੀ, ਇਹਨਾਂ ਦਾ ਅਦਾਰਾ ਜੀ ਐਕੂਰੇਟ ਅਕਾਊਂਟਸ ਐਂਡ ਟੈਕਸਿਸ। ਲੋਕੇਸ਼ਨ ਹੈ 2491510 ਐਵੀਨਿਊ। ਵਰਕਿੰਗ ਆਵਰਸ ਦੇ ਵਿੱਚ 2535200888 ਦੇ ਉੱਤੇ ਪੰਜਾਬੀ 'ਚ ਵੀ ਗੱਲਬਾਤ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਸਿਆਟਲ ਦੀ ਸਭ ਤੋਂ ਟਰੱਸਟਿਡ ਟਰੱਕਿੰਗ ਕੰਪਨੀ ਵਾਸ਼ਿੰਗਟਨ ਫਰੇਟ ਸਰਵਿਸ, ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ, ਮਾਈਲੇਜ ਵੀ ਬਹੁਤ ਵਧੀਆ ਦਿੰਦੇ ਨੇ। ਜਗਦੇਵ ਸੰਧੂ ਹੋਰਾਂ ਨੂੰ 2532666924, ਜਾਂ ਫਿਰ ਗੁਰਵਿੰਦਰ ਧਾਲੀਵਾਲ ਦੇ ਨਾਲ 206-354-4060 ਦੇ ਉੱਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਸ਼ਵਿੰਦਰ ਜੀ ਜੁੜ ਗਏ ਨੇ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ। ਜੀ ਸ਼ਵਿੰਦਰ ਜੀ, ਕੀ ਬਣਿਆ ਕੇਜਰੀਵਾਲ ਦਾ? ਕੇਜਰੀਵਾਲ ਦੇ ਮਾਮਲੇ ਵਿੱਚ ਇੱਕ ਜਿਹੜੀ ਸੁਪਰੀਮ ਕੋਰਟ ਤੋਂ ਥੋੜੀ ਜਿਹੀ ਉਹਨੂੰ ਰਾਹਤ ਮਿਲੀ ਹੈ। ਰਾਹਤ ਕੀ ਹੈ ਉਹ ਥੋੜੇ ਜਿਹੇ ਟੈਕਨੀਕਲ ਤੌਰ ਤੇ ਮੈਂ ਸਮਝਾ ਦਿੰਦਾ, ਕਿਉਂਕਿ ਇਹਦੇ ਵਿੱਚ ਕੁਝ ਲੋਕਾਂ ਨੂੰ ਸੀਗਾ ਵੀ ਇਹ ਕਾਹਦੀ ਰਾਹਤ ਹੈਗੀ ਹੈ, ਕਿ ਉਹ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ ਜਾਂ ਕੀ ਚੱਕਰ ਹੈਗਾ। ਤਾਂ ਉਹ ਰਾਹਤ ਜਿਹੜੀ ਹੈਗੀ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਲੀ ਨਹੀਂ ਹੈਗੀ, ਉਹ ਰਾਹਤ ਹੈਗੀ ਹੈ ਉਸ ਮਾਮਲੇ ਦੇ ਵਿੱਚ ਜਿਹੜਾ ਕੇਜਰੀਵਾਲ ਵਾਲੇ ਮਾਮਲੇ ਵਿੱਚ, ਕਿਉਂਕਿ ਤੁਸੀਂ ਦੇਖੋ ਕਿ ਜਿਵੇਂ ਕੇਜਰੀਵਾਲ ਅੰਦਰ ਗਿਆ ਸੀਗਾ ਉਹਦੇ ਵਿੱਚ, ਕਿਉਂਕਿ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ, ਉਸ ਫੈਸਲੇ ਦੇ ਖਿਲਾਫ਼ ਜਿਹੜੀ ਸੁਣਵਾਈ ਦੇ ਲਈ ਇੱਕ ਅਰਜ਼ੀ ਪਾਈ ਗਈ ਸੀਗੀ, ਪਟੀਸ਼ਨ,
ਉਹਦੇ ਉੱਤੇ ਫੌਰੀ ਸੁਣਵਾਈ ਦੀ ਮੰਗ ਕੀਤੀ ਗਈ ਸੀ, ਉਹ ਸੁਪਰੀਮ ਕੋਰਟ ਨੇ ਮੰਨ ਲਈ ਹੈਗੀ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦਾ ਕਹਿਣਾ ਹੈਗਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਵੱਲੋਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨੂੰ ਬਾਹਰ ਹਾਈਕੋਰਟ ਦੇ ਜਿਹੜੇ ਹੁਕਮ ਸੀ ਉਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਸੂਚੀਬੱਧ ਕੀਤੀ ਗਈ ਸੀਗੀ। ਇਹਦੇ ਉੱਤੇ ਅਪੀਲ ਨੂੰ ਵਿਚਾਰ ਮੰਨ ਲਿਆ, ਉਹ ਕਹਿੰਦੇ ਕਿ ਇਹ ਇਹਦੇ ਬਾਰੇ ਹੁਣ ਆਉਂਦੇ ਸਮੇਂ ਦੇ ਵਿੱਚ ਛੇਤੀ ਤੋਂ ਛੇਤੀ ਇਸ ਮਾਮਲੇ ਉੱਤੇ ਜਿਹੜੀ ਹੈਗੀ ਅਸੀਂ ਸੁਣਵਾਈ ਕਰਾਂਗੇ। ਜਿਵੇਂ ਕਿ ਕੇਜਰੀਵਾਲ ਦੇ ਵਕੀਲ ਸੀ ਅਭਿਸ਼ੇਕ ਸਿੰਘ ਵੀ, ਉਹਨਾਂ ਨੇ ਕਿਹਾ ਮੈਂ ਜਿਹੜੀ ਅਰਜ਼ੀ ਹੈ ਉਹ ਫੌਰੀ ਸੂਚੀਬੱਧ ਕਰਨ ਦੀ ਮੰਗ ਕਰਦੀ ਹੋਈ ਇੱਕ ਈਮੇਲ ਕੀਤੀ ਹੈ, ਇਹਨੂੰ ਪਲੀਜ਼ ਛੇਤੀ ਜਿਹੜਾ ਤੁਸੀਂ ਜਿਹੜਾ ਦੇਖੋ। ਸਿੰਘਵੀ ਦਾ ਕਹਿਣਾ ਸੀਗਾ ਕਿ ਅਰਜ਼ੀ ਉੱਤੇ ਫੌਰੀ ਸੁਣਵਾਈ ਜ਼ਰੂਰੀ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਦੇ ਸੰਬੰਧ ਦੇ ਵਿੱਚ ਇਹ ਹੈਗੀ ਹੈ। ਗ੍ਰਿਫਤਾਰੀ ਇੱਕ ਅਜਿਹੇ ਜਿਹੜੇ ਦਸਤਾਵੇਜ਼ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ ਜਿਹਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈਗਾ, ਕਿਉਂਕਿ ਆਪਾਂ ਨੂੰ ਪਤਾ ਵੀ ਜਿਹਦੇ ਵਿੱਚੋਂ ਇੱਕ ਬੰਦਾ ਸੀਗਾ ਇਹਦੇ ਵਿਰੁੱਧ ਕੇਜਰੀਵਾਲ ਦੇ, ਉਹ ਬਾਅਦ ਵਿੱਚ ਉਸੇ ਬੰਦੇ ਦੀ ਕੰਪਨੀ ਬੀਜੇਪੀ ਨੂੰ ਪੈਸਾ ਦੇ ਰਹੀ ਹੈ। ਸੋ ਉਦੋਂ ਵੀ ਇਹਦੇ ਵਿੱਚ ਸਭ ਤੋਂ ਟੈਕਨੀਕਲ ਤੌਰ ਤੇ ਇੱਕ ਨੁਕਸ ਦਾ ਇੱਕ ਪਹਿਲੂ ਹੈਗਾ। ਸੋ ਸੁਪਰੀਮ ਕੋਰਟ ਹੁਣ ਕਹਿ ਰਹੀ ਹੈਗੀ ਹੈ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਜਿਵੇਂ ਕੇਜਰੀਵਾਲ ਨੂੰ ਜਿਹੜਾ ਝਟਕਾ ਦਿੱਤਾ ਸੀਗਾ ਦਿੱਲੀ ਹਾਈ ਕੋਰਟ ਨੇ, ਉਹਨਾਂ ਦੀ ਜਿਹੜੀ ਉਸ ਅਰਜ਼ੀ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ ਸੀਗਾ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਆਬਕਾਰੀ ਨੀਤੀ ਨਾਲ ਜੁੜੇ ਹੋਏ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਆਪਣੀ ਜਿਹੜੀ ਗ੍ਰਿਫਤਾਰੀ ਨੂੰ ਰਾਹਤ ਦੇਣ ਦੀ ਗੱਲ ਕੀਤੀ ਸੀ। ਪਰ ਇਹਦੇ ਵਿੱਚ ਹੁਣ ਸੁਪਰੀਮ ਕੋਰਟ ਉਸ ਅਰਜ਼ੀ ਜਿਹੜੀ ਮਨੂ ਸਿੰਘਵੀ ਨੇ ਪਾਈ ਹੋਈ ਹੈ ਉਹਦੇ ਉੱਤੇ ਉਹ ਸੁਣਵਾਈ ਕਰੂਗੀ। ਇਹ ਉਹਦੇ ਲਈ ਹੈ ਵੀ ਜਿਹੜੇ ਸੁਣਵਾਈ ਹੋਊਗੀ, ਹੋ ਸਕਦਾ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹਦੇ ਪੱਖ ਵਿੱਚ ਵੀ ਹੋ ਸਕਦਾ ਜਾਂ ਫਿਰ ਉਸੇ ਰੂਪ ਚ ਵੀ ਹੋ ਸਕਦਾ, ਪਰ ਵੱਡੀ ਗੱਲ ਹੈਗੀ ਹੈ ਕਿ ਸੁਣਵਾਈ ਹੋਏਗੀ, ਇਹ ਇਸ ਚੀਜ਼ ਦੀ ਰਾਹਤ ਹੈ। ਇੱਧਰ ਜਿਹੜਾ ਹੈਗਾ ਦੂਜੇ ਪਾਸੇ ਸੰਜੇ ਸਿੰਘ ਬਾਹਰ ਆ ਗਿਆ, ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਜੇਲ੍ਹ ਵਿੱਚ ਵੀ ਜਿਹੜੇ ਇੱਕ ਕੈਦੀ ਦੇ ਹੱਕ ਹੈਗੇ ਨੇ ਉਹ ਕੇਜਰੀਵਾਲ ਹੱਕ ਜਿਹੜੇ ਖੋਹੇ ਜਾ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲਈ ਇੱਕ ਮਾੜੀ ਖ਼ਬਰ ਇਹ ਸੀ ਕਿ ਰਾਜਕੁਮਾਰ ਆਨੰਦ ਹੈ ਜਿਹੜਾ ਇਹਨਾਂ ਦੇ ਕੈਬਨਿਟ ਮੰਤਰੀ ਹੈ, ਉਹਨੇ ਆਪ ਦੇ ਮੰਤਰੀ ਮੰਡਲ ਦੇ ਵਿੱਚੋਂ ਅਸਤੀਫਾ ਦਿੱਤਾ ਤੇ ਪਾਰਟੀ ਦੇ ਵਿੱਚੋਂ ਵੀ ਅਸਤੀਫਾ ਦਿੱਤਾ। ਉਹਦਾ ਦੋਸ਼ ਹੈ ਕਿ ਜਿਹੜਾ ਦਲਿਤ ਭਾਈਚਾਰਾ, ਦਲਿਤ ਭਾਈਚਾਰੇ ਨੂੰ ਆਪ ਦੇ ਵਿੱਚ ਸਹੀ ਅਗਵਾਈ ਨਹੀਂ ਮਿਲਦੀ ਹੈਗੀ, ਭਾਵੇਂ ਕਿ ਉਹ ਇਹ ਦੋ ਢਾਈ ਸਾਲ ਬਾਅਦ ਗੱਲ ਆਖ ਰਹੇ ਹੈਗੇ ਨੇ, ਕਿਉਂਕਿ ਆਪਾਂ ਨੂੰ ਪਤਾ ਵੀ ਇਹ ਦੋ ਢਾਈ ਸਾਲ ਤੱਕ ਉਹ ਕੁਛ ਨੀ ਬੋਲਿਆ ਐਮ ਐਲ ਏ ਬਣਨ ਤੋਂ ਬਾਅਦ ਜਾਂ ਮੰਤਰੀ ਬਣਨ ਤੋਂ ਬਾਅਦ, ਫਿਲਹਾਲ ਹੁਣ ਉਹਨਾਂ ਦਾ ਹੀ ਬਿਆਨ ਹੋ ਗਿਆ। ਇਹ ਕੀ ਜੇ ਆਪਾਂ ਗੱਲ ਕਰੀਏ ਵੀ ਉਹਨੇ ਅਸਤੀਫਾ ਦੇਤਾ, ਉਹਦੀ ਗਾਂਹ ਕਿਤੇ ਗੰਢ ਤੋਂ ਪਤਾ ਨਹੀਂ ਸੀ, ਕਿਉਂਕਿ ਰੁੱਤ ਜਿਹੜੀ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਵੀ ਇੱਧਰੋਂ ਉੱਧਰ ਜਿਵੇਂ ਸਾਉਣ ਭਾਦੋਂ ਦੇ ਮੁੱਕਣ ਤੋਂ ਬਾਅਦ ਜਾਂ ਸਿਆਲਾਂ ਤੋਂ ਬਾਅਦ ਬਾਹਰ ਲੀੜੇ ਕੱਪੜੇ ਬਾਹਰ ਸੁੱਕਣੇ ਪਾਉਂਦੇ ਆਮ ਸਾਰੇ ਸਵਾਣੀਆਂ, ਸਾਰਾ ਕੁਛ ਬਾਹਰ ਕੱਢਦੇ, ਅਦਲਾ ਬਦਲੀ ਹੁੰਦੀ ਹੈ ਸਿਆਲ ਦੇ ਅੰਦਰ, ਗਰਮੀਆਂ ਦੇ ਬਾਹਰ ਬਾਹਰ, ਐਂ ਜੇ ਉਲਟ ਪੁਲਟ ਹੁੰਦੀ ਹੈ ਉਹ ਸਥਿਤੀ ਤਾਂ ਨਹੀਂ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਜਦੋਂ ਉਹਦਾ ਇਹ ਬਿਆਨ ਆਉਂਦਾ ਕਿ ਉਹ ਕਹਿੰਦੀ ਵੀ ਅਸਲ ਵਿੱਚ ਦੇਖੋ ਜਿਹੜਾ ਸਾਨੂੰ ਖਦਸ਼ਾ ਸੀਗਾ ਵੀ ਬੀਜੇਪੀ ਸੈਂਟਰ ਵਾਲੀ ਹੈ ਉਹ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ, ਇਹਨੂੰ ਅਸੀਂ ਉਸ ਰੂਪ ਚ ਦੇਖਦੇ ਹਾਂ। ਮਤਲਬ ਕਹਿਣ ਦਾ ਕਿ ਉਹ ਬੰਦੇ ਦਾ ਤਾਂ ਹਾਲੇ ਕੋਈ ਬਿਆਨ ਨਹੀਂ ਆਇਆ ਵੀ ਉਹਨੇ ਕਿੱਧਰ ਜੁਆਇਨ ਕਰਨਾ ਹੈਗਾ ਕਿੱਧਰ ਨਹੀਂ ਕਰਨਾ, ਉਹਦੇ ਲਈ ਆਪਾਂ ਨੂੰ ਇੱਕ ਦੋ ਦਿਨ ਦੀ ਵੇਟ ਕਰਨੀ ਪੈਣੀ ਹੈਗੀ ਹੈ। ਤੇ ਆਮ ਆਦਮੀ ਪਾਰਟੀ ਨੇ ਖੁਦ ਬਿਆਨ ਦਿੱਤਾ ਕਿ ਇਹ ਅਸਤੀਫੇ ਦਾ ਮਤਲਬ, ਕਿਉਂਕਿ ਅਸਤੀਫਾ ਮੰਤਰੀ ਗੱਲਾਂ ਆਪਣੇ ਉਹਦੇ ਤੋਂ ਨਹੀਂ ਦੇ ਰਹੇ, ਉਹ ਪਾਰਟੀ ਵਿੱਚੋਂ ਵੀ ਦਿੰਦਾ। ਹਾਂਜੀ, ਪਾਰਟੀ ਵਿੱਚੋਂ ਦੇਣ ਦਾ ਮਤਲਬ ਇਹ ਹੈਗਾ ਵੀ ਉਹਦੀ ਕੋਈ ਫਿਊਚਰ ਦੀ ਪਲੈਨਿੰਗ ਹੋ ਸਕਦੀ। ਸੋ ਬਿਲਕੁਲ ਫਿਊਚਰ ਦੀ ਪਲੈਨਿੰਗ ਹੈ। ਇੱਥੇ ਇਕਬਾਲਪ੍ਰੀਤ ਸਿੰਘ ਸੂਤੇ ਦੀ ਵੀ ਬੜੀ ਚਰਚਾ ਚੱਲ ਰਹੀ ਹੈ ਜੀ। ਅਸਲ 'ਚ ਗੱਲ ਇਹ ਹੈਗੀ ਹੈ ਕਿ ਆਪਣਾ ਦਾਨਿਆਲ ਇਹ ਸਭ ਜਿਵੇਂ ਨਾ ਇਲੈਕਸ਼ਨ ਆ ਰਹੀ ਹੈਗੀ ਹੈ, ਦੇਖੋ ਇੱਕ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਹੀ ਹੈਗਾ ਕਿ ਬੀਜੇਪੀ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿ ਦੂਜੀਆਂ ਪਾਰਟੀਆਂ ਦੇ ਜਾਂ ਫਿਰ ਜਿਹੜੇ ਕਿਸੇ ਨਾ ਕਿਸੇ ਖੇਤਰ 'ਚ ਨਾਮਣਾ ਖੱਟਿਆ ਹੋਇਆ ਉਹਨਾਂ ਬੰਦਿਆਂ ਨੂੰ ਆਪਣੀ ਪਾਰਟੀ ਦੇ ਵਿੱਚ ਲਿਆਂਦਾ ਜਾਵੇ। ਤਾਂ ਦੇਖੋ ਕਿ ਬੀਜੇਪੀ, ਪਰ ਇਹ ਬੀਜੇਪੀ ਲਈ ਵੀ ਇੱਕ ਵੱਡਾ ਸਵਾਲ ਹੈਗਾ
ਵੀ ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ ਇੰਨੀ ਪੁਰਾਣੀ ਹੈ, ਮਤਲਬ 1980 ਤੋਂ ਇਹਨਾਂ ਦੀ ਪਾਰਟੀ ਇਹ ਪਾਰਟੀ ਬਣੀ ਹੈ। ਇਹਦੂ ਪਹਿਲਾਂ ਜਨਸੰਘ ਹੁੰਦਾ ਸੀ, ਜੇ ਆਰ ਐਸ ਐਸ ਦੀ ਗੱਲ ਕਰੀਏ ਉਹ 1925 ਦੇ ਵਿੱਚ ਉਹ ਬਣੀ ਸੀਗੀ। ਮਤਲਬ 100 ਸਾਲ ਹੋਣ ਵਾਲੇ ਹੋ ਗਏ, 100 ਸਾਲ ਦੇ ਬਾਵਜੂਦ ਵੀ ਕੀ ਕਾਰਨ ਹੈ? ਕਿਉਂਕਿ ਤੁਹਾਡੇ ਕੋਲ ਕਾਡਰ ਵੀ ਹੈ, ਤੁਹਾਡੀਆਂ ਤੁਹਾਡਾ ਇੱਕ ਸਾਰਾ ਗਰੁੱਪ ਬਣਿਆ ਹੋਇਆ ਹੈਗਾ, ਉਹ ਤੁਹਾਡੇ ਤੁਹਾਡੇ ਸੰਘ ਦਾ ਵਾਲਾ ਵੀ ਹਿਸਾਬ ਕਿਤਾਬ ਹੈਗਾ, ਫਿਰ ਵੀ ਤੁਹਾਨੂੰ ਦੂਜੇ ਪਾਰਟੀਆਂ ਵਿੱਚੋਂ ਜਾਂ ਦੂਜੇ ਫੀਲਡ ਵਿੱਚੋਂ ਬੰਦੇ ਲਿਆਉਣੇ ਪੈ ਰਹੇ ਹੈਗੇ। ਇਹਦਾ ਮਤਲਬ ਜ਼ਿਆਦਾਤਰ ਤੁਸੀਂ ਆਪਣੇ ਕਾਡਰ ਨੂੰ ਇੰਨਾ ਸਿਆਣਾ ਨਹੀਂ ਸਮਝਦੇ ਹੈਗੇ, ਜਾਂ ਫਿਰ ਤੁਹਾਨੂੰ ਸ਼ੱਕ ਹੈ ਉਹਦੇ ਉੱਤੇ। ਇਹ ਹੁਣ ਬੀਜੇਪੀ ਵਿੱਚ ਵੀ ਨਾਰਾਜ਼ਗੀਆਂ ਉੱਠ ਰਹੀਆਂ ਨੇ ਵੀ ਭਾਈ ਨਵੇਂ ਬੰਦੇ ਪੈਰਾਸ਼ੂਟ ਰਾਹੀਂ ਆ ਰਹੇ ਨੇ, ਕੋਈ ISPS IPS ਅਧਿਕਾਰੀ ਆ ਰਿਹਾ, ਕੋਈ ਕੋਈ ਜਿਹੜਾ ਹੈਗਾ ਬਸ ਜਿਹਨੂੰ ਕਹਿੰਦੇ ਨੇ ਦੂਜੀ ਪਾਰਟੀ ਦਾ ਬੰਦਾ ਆ ਰਿਹਾ ਹੈਗਾ, ਵੀ ਕੀ ਕਾਰਨ ਹੈ ਜਿਹੜੇ ਸਾਡਾ ਵਲੰਟੀਅਰ ਉਹ ਦਰੀ ਵਿਛਾਉਣ ਚੁੱਕਾ ਰਹਿ ਗਿਆ? ਇਹ ਇੱਕ ਸਵਾਲ ਉੱਠਣ ਲੱਗੇ ਨੇ। ਦੂਸਰੀ ਜਿਹੜੀ ਚੀਜ਼ ਦੇਖਣ ਵਾਲੀ ਹੈ, ਕਈ ਸਾਲ ਪਹਿਲਾਂ ਅਡਵਾਨੀ ਨੇ ਇੱਕ ਚਿੰਤਾ ਜ਼ਾਹਰ ਕੀਤੀ ਕਿ ਮੈਨੂੰ ਸ਼ੱਕ ਹੈਗਾ ਵੀ ਕਿਤੇ ਸਾਡੇ ਜਿਹੜਾ ਹੈਗਾ ਵਾ ਬੀਜੇਪੀ ਦਾ ਕਾਂਗਰਸੀਕਰਨ ਉਹ ਹੁਣ ਕਾਂਗਰਸੀਕਰਨ ਹੋ ਗਿਆ ਕਿ ਜਿੰਨੇ ਬੰਦੇ ਲਿਆ ਰਹੇ ਨੇ ਹੁਣ ਕਾਂਗਰਸ ਪਾਰਟੀ। ਮੈਂ ਤਾਂ ਕਦੇ ਕਦੇ ਹੱਸਦਾ ਹੁੰਦਾ ਵੀ ਕਾਂਗਰਸ ਪਾਰਟੀ ਵਿੱਚ ਕਿੰਨੇ ਲੀਡਰ ਨੇ ਜਿਹੜੇ ਆਏ ਦਿਨ ਆਈ ਜਾਂਦੇ ਨੇ ਫਿਰ ਵੀ ਨੀ ਖਤਮ ਹੋ ਰਹੀ ਹੈਗੀ ਉਹ। ਇਹ ਕਾਂਗਰਸ ਜਿਹੜਾ ਭਾਰਤ ਦੀ ਗੱਲ ਕਰਦੇ ਸੀ, ਹੁਣ ਜਿੰਨੇ ਵੀ ਟਿਕਟਾਂ ਦੇ ਰਹੇ ਹੈਗੇ ਨੇ ਉਹ ਇੱਧਰੋਂ ਉੱਧਰੋਂ ਹੀ ਆ ਰਹੇ ਹੈਗੇ ਨੇ। ਇਸੇ ਇਹਦਾ ਇਹਦੇ ਦੋ ਚੀਜ਼ਾਂ ਮੈਨੂੰ ਸਮਝ ਆਉਂਦੀਆਂ ਨੇ। ਇੱਕ ਤਾਂ ਜਿਹੜਾ ਹੈਗਾ ਵੀ ਤੁਸੀਂ ਜਦੋਂ ਦੂਜੇ ਫੀਲਡ ਚੋਂ ਜਾਂ ਦੂਜੀ ਪਾਰਟੀ ਚੋਂ ਬੰਦੇ ਨੂੰ ਲਿਆਉਣੇ ਹੋ ਜਾਂ ਕਿਸੇ ਖਿੱਤੇ ਦੇ ਬੰਦੇ ਨੂੰ ਲਿਆਉਣੇ ਖੇਤਰ ਮਾਮਲਾ ਖੱਟਣ ਵਾਲੇ ਨੂੰ, ਤੁਸੀਂ ਤਾਂ ਮੀਡੀਆ ਵਿੱਚ ਇਹ ਸੁਨੇਹਾ ਦਿੰਦੇ ਹੋ ਕਿ ਦੇਖੋ ਜੀ ਆਹ ਦੇਖੋ ਇਹ ਇੱਕ ਸਾਡੀ ਪਾਰਟੀ ਨਾਲ ਇਹ ਵੀ ਜੁੜ ਗਿਆ। ਮਤਲਬ ਕਿ ਮੀਡੀਆ ਤੁਹਾਡਾ ਆਪਣਾ ਉਹਦੇ ਵਿੱਚ ਪ੍ਰਚਾਰ ਹੁੰਦਾ, ਉਹਦੇ ਵਿੱਚ ਬੱਲੇ ਬੱਲੇ ਹੁੰਦੀ ਹੈ। ਦੂਜੀ ਜਿਹੜੇ ਲੀਡਰ ਵਗੈਰਾ ਆ ਰਹੇ ਨੇ ਉਹਨਾਂ ਦੀ ਆਪਣੇ ਨਿੱਕੀਆਂ ਨਿੱਕੀਆਂ ਗਰਜਾਂ ਹੁੰਦੀਆਂ ਵੀ ਉਹਨਾਂ ਦੀ ਪਾਰਟੀ ਚ ਉਹਨੂੰ ਟਿਕਟ ਨੀ ਮਿਲੀ, ਉਹਦੇ ਪਰਿਵਾਰ ਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਮਿਲੀ, ਚਲੋ ਜੀ ਉਹਨੇ ਉਹ ਬੀਜੇਪੀ ਭਲਾ ਗਿਆ ਜੁਆਇਨ ਕਰ ਲਏ, ਚਾਹੇ ਨਾ ਵੀ ਜਿੱਤੇ। ਪਰ ਜਿਹੜਾ ਇੱਕ ਦੇਖੋ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਇਹ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸ਼ਾਇਦ ਅਗਲੀ ਵਾਰ ਵੀ ਉਹਦਾ ਭਾਜਪਾ ਹੀ ਆਵੇ, ਹਾਲੇ ਸਾਨੂੰ ਨੀ ਪਤਾ ਚੋਣਾਂ ਤੋਂ ਬਾਅਦ ਕੀ ਬਣੇਗਾ, ਪਰ ਬਹੁਤੇ ਲੋਕ ਕਹਿ ਰਹੇ ਨੇ। ਤੇ ਜਿਹੜੇ ਲੋਕ ਸੱਤਾ, ਕਿਉਂਕਿ ਦੇਖੋ ਸਾਡੇ ਨਾ ਜਿਹੜੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਦਾਨੇ ਲਈ ਸਭ, ਉਹਨਾਂ ਦਾ ਸਵਾਲ ਹੋ ਗਿਆ ਉਹਨਾਂ ਸੱਤਾ ਤੋਂ ਬੇਮੁੱਖ ਨੀ ਰਹਿ ਸਕਦੇ। ਜੇ ਮਤਲਬ 5 ਸਾਲ ਤਾਂ ਚਲੋ ਜਰ ਲੈਣਗੇ ਔਖੇ ਸੌਖੇ, ਜੇ ਹੁਣ 10 ਸਾਲ ਵੀ ਹੋ ਗਏ ਸੱਤਾ ਤੋਂ ਬਾਹਰ ਹੋਏ ਤਾਂ ਫਿਰ ਬੜਾ ਤੰਗ ਆ ਜਾਂਦਾ, ਫਿਰ ਗੱਡੀ ਵੀ ਚਾਹੀਦੀ ਹੈ, ਗੱਡੀ ਦੇ ਨਾਲ ਜਿਹੜਾ ਹੈਗਾ ਗਨਮੈਨ ਡਰਾਈਵਰ ਵੀ ਚਾਹੀਦੇ ਨੇ, ਗਨਮੈਨ ਵੀ ਚਾਹੀਦੇ ਆ, ਫਿਰ ਕਿਸੇ ਨਾ ਕਿਤੇ ਏਦਾਂ ਵੀ ਹੋਵੇ ਵੀ ਬਾਈ ਉੱਤੇ ਕੋਈ ਆਸਰਾ ਹੋਵੇ ਜਾਂ ਥੱਲੇ ਕੋਈ ਆਸਰਾ ਹੋਵੇ ਜਾਂ ਸੂਬਾ ਸਰਕਾਰ ਚ ਆਪਦਾ ਆਸਰਾ ਹੋਵੇ ਜਾਂ ਉੱਤੇ ਹੋਵੇ। ਇਹ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਕੇ ਜਿਹੜੇ ਲੋਕਾਂ ਵਿੱਚ ਜਾ ਕੇ ਸੰਘਰਸ਼ ਕਰਨਾ ਹੁੰਦਾ ਨਾ, ਉਹ ਮਾਨਸਿਕਤਾ ਸਾਡੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਖੋ ਚੁੱਕੇ ਹੈਗੇ ਨੇ। ਇਸ ਕਰਕੇ ਫਿਰ ਉਹ ਕੋਸ਼ਿਸ਼ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਅਸੀਂ ਫਿਰ ਸੱਤਾ ਦੇ ਕਿਵੇਂ ਨੇੜੇ ਆਈਏ। ਚੱਲ ਠੀਕ ਹੈ, ਪੰਜਾਬ 'ਚ ਬੀਜੇਪੀ ਹੈ ਨੀ, ਸਾਨੂੰ ਘੱਟੋ ਘੱਟ ਗਨਮੈਨ ਤਾਂ ਮਿਲ ਜੂਗਾ, ਸੈਂਟਰ ਦੇ ਵਿੱਚ ਸਾਡੀ ਚੱਲਦੀ ਤਾਂ ਹੋ ਜੂਗੀ, ਤੇ ਬੀਜੇਪੀ ਨੂੰ ਆਇਆ ਵੀ ਚੱਲ ਅਸੀਂ ਆਪਣੇ ਭਵਿੱਖ ਦਾ ਇੱਕ ਆਪਣਾ ਆਧਾਰ ਬਣਾ। ਉਹਨਾਂ ਕੋਲੇ ਤਾਂ ਹੀ ਹੈ ਨਾ, ਬੀਜੇਪੀ ਕੋਲੇ ਗਵਾਉਣ ਨੂੰ ਤਾਂ ਕੁਛ ਨਹੀਂ, ਜਿੰਨੇ ਆਏ ਉਹ ਆਪਣੇ ਹੀ ਹੈ, ਪਹਿਲਾਂ ਕੁਛ ਨਹੀਂ ਸੀ ਉਹ ਬਣਾਉਣ ਲਈ ਸੀ ਸਾਰੇ। ਸੋ ਇਸ ਕਰਕੇ ਇਹਦੇ ਵਿੱਚ ਕੀ ਹੈ ਕਿ ਲੀਡਰਾਂ ਦੀ ਜਿਹੜੀ ਆਪਣੀ ਮਹੱਤਵਕਾਂਕਸ਼ੀ ਹੋਣਾ, ਆਪਣੇ ਤੱਕ ਮਹਿਦੂਦ ਹੋਣਾ, ਲੋਕਾਂ ਨਾਲ ਉਹ ਕੱਟੇ ਜਾਣਾ, ਜਿਹਦੇ ਕਰਕੇ ਜਿਹੜੀਆਂ ਪਾਰਟੀਆਂ ਚ ਜਾ ਰਹੇ ਨੇ ਲੋਕ, ਪਾਰਟੀਆਂ ਵੀ ਦੋਸ਼ੀ, ਉਹ ਪਾਰਟੀਆਂ ਅਸੀਂ ਦੋਸ਼ੀ ਨੇ ਕਿ ਉਹਦਾ ਕਾਰਨ ਹੈ ਕਿ ਤੁਸੀਂ ਜਿਹੜੀ ਆਪਣੀ ਕਿੱਦਾਂ ਦੀ ਲੀਡਰਸ਼ਿਪ ਪੈਦਾ ਕੀਤੀ ਹੈ। ਦੇਖੋ ਕਹਾਣੀ ਉੱਥੇ ਵੀ ਗੜਬੜ ਸੀ ਨਾ, ਵੀ ਜੇ ਤੁਸੀਂ ਉੱਥੇ ਆਪਣੇ ਵਲੰਟੀਅਰ ਤੋਂ ਉੱਪਰ ਚੱਕ ਕੇ ਲੀਡਰ ਪੈਦਾ ਕਰਦੇ ਤਾਂ ਉਹ ਤੁਹਾਡੇ ਵਫ਼ਾਦਾਰ ਵੀ ਹੁੰਦੇ ਤੇ ਤੁਸੀਂ ਗਰਾਊਂਡ ਵਿੱਚ ਐਕਟਿਵ ਰਹਿੰਦੇ, ਤੇ ਉੱਥੇ ਕੀ ਹੈ ਕਿ ਤੁਸੀਂ ਵੀ ਉਸੇ ਤਰ੍ਹਾਂ ਹੀ ਇੱਕ ਪੈਰਾਸ਼ੂਟ ਰਾਹੀਂ ਬੰਦੇ ਲਿਆਉਂਦੇ, ਜਾਂ ਫਿਰ ਕੁਛ ਬੰਦੇ ਰੱਖ ਲਏ ਵੀ ਅਕਾਲੀ ਦਲ ਨੇ ਫਲਾਣਾ ਰੱਖ ਲਿਆ, ਕਾਂਗਰਸ ਨੇ ਫਲਾਣਾ ਰੱਖ ਲਿਆ, ਉਸੇ ਨੂੰ ਰਜਾਈ ਗਏ, ਉਸੇ ਨੂੰ ਹੀ ਉਹੀ ਚਮਚਾਗਿਰੀ ਤੁਹਾਡੇ ਨੇੜੇ ਤੇੜੇ ਰਿਹਾ
ਫਿਰ ਜਦੋਂ ਉਹਨੂੰ ਲੱਗਿਆ ਵੀ ਯਾਰ ਹੁਣ ਇਹ ਪਾਰਟੀ ਦਸ ਸਾਲ ਤਾਂ ਮੂੰਹ ਨੀ ਦਿਖਾਉਣਾ, ਆਉਣਾ ਹੀ ਨੀ ਹੈਗਾ, ਫਿਰ ਕਿਉਂ ਨਾ ਫਿਰ ਆਪਾਂ ਰਾਜ ਕਰਦੀ ਪਾਰਟੀ ਦੇ ਨਾਲ, ਕਿਉਂਕਿ ਉਹ ਬੰਦਾ ਤੁਹਾਡਾ ਹੈ ਹੀ ਨੀ ਸੀਗਾ, ਉਹ ਤਾਂ ਤੁਹਾਡੇ ਨਾਲ ਤੁਹਾਡੀ ਪਾਵਰ ਕਰਕੇ ਜੁੜਿਆ ਹੋਇਆ ਸੀਗਾ। ਸੋ ਇਹ ਕਿ ਜਿਹੜਾ ਵੱਡਾ ਸਾਡੇ ਜਿਹੜੇ ਨਾ ਇਸ ਸਮੇਂ ਜਦੋਂ ਭਾਰਤ ਦਾ ਬਹੁਤ ਕੁਛ ਸੰਕਟ ਦੇ ਵਿੱਚ ਆ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਵੀ ਥੋੜਾ ਅਸੀਂ ਜੇ ਦੇਖੀਏ ਤਾਂ ਉੱਥੇ ਉਹਦੇ ਵਿੱਚ ਵੀ ਆਹ ਕ੍ਰਾਈਸਿਸ ਆ, ਇਸ ਕਰਕੇ ਫਟਾਫਟ ਜਿਹਨੂੰ ਲੱਗਦਾ ਵੀ ਹੁਣ ਇੱਧਰ ਟਪੂਸੀ ਮਾਰ ਕੇ ਥੋੜਾ ਜਿਹਾ ਸਮਾਂ ਮਿਲਦਾ ਕਰ ਲਓ ਬਸ, ਉਹ ਕਰ ਰਿਹਾ ਵੀ ਐਂ ਨਾ ਹੋਵੇ ਵੀ ਚੀਜ਼ ਰੁਕ ਜੇ, ਸਮਾਂ ਮਿਲਦਾ ਜਗ੍ਹਾ ਰੁਕ ਗਈ ਫਿਰ ਕਿਵੇਂ ਬੈਠਾਂਗੇ, ਜਿਵੇਂ ਬੱਸ ਦੇ ਵਿੱਚ ਰੁਮਾਲ ਸਿੱਟ ਕੇ ਸੀਟਾਂ ਰੋਕਦੇ ਹੁੰਦੇ ਨਾ, ਉਹ ਸਥਿਤੀ ਪੈਦਾ ਹੋਈ ਪਈ ਹੈ। ਮੇਨ ਗੱਲ ਬਾਈ ਜੀ ਇਹ ਹੈਗੀ ਆ ਕਿ ਸਾਡੇ ਨਾ ਜਿਹੜੇ ਲੀਡਰ ਨੇ ਉਹ ਸੱਤਾ ਤੋਂ ਦੂਰ ਨਹੀਂ ਰਹਿ ਸਕਦੇ, ਉਹ ਸੱਤਾ 'ਚ ਰਹਿਣਾ ਵੀ ਚਾਹੁੰਦੇ ਨੇ, ਜੇ ਖੁਦ ਵੀ ਬੁੱਢੇ ਹੋ ਜਾਣ ਫਿਰ ਉਹ ਚਾਹੁੰਦੇ ਨੇ ਉਹਨਾਂ ਦੇ ਨਿਆਣੇ ਵੀ ਸੱਤਾ 'ਚ ਰਹਿਣ, ਜੇ ਨਾ ਰਹਿਣ ਤਾਂ ਕੋਈ ਸੱਤਾ ਦਾ ਆਸਰਾ ਬਣਿਆ ਰਹੇ ਸਾਡੇ ਉੱਤੇ, ਵੀ ਕੋਈ ਕਿਤੇ ਨਾ ਕਿਤੇ ਸੱਤਾ ਦੀ ਮਿਹਰਬਾਨੀ ਸਾਡੇ 'ਤੇ ਚੱਲਦੀ ਰਹੇ, ਉਹ ਚੀਜ਼ਾਂ ਕਰਕੇ ਨਾ ਜਿਹੜਾ ਹੈਗਾ ਇਹ ਕੰਮ ਹੋ ਰਿਹਾ ਜਿਹੜਾ ਸਾਨੂੰ ਲਗਾਤਾਰ ਦਿਖ ਰਿਹਾ। ਜੀ ਜੀ ਜੀ। ਅੱਜ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਜੀ, ਸਕੂਲ ਬੱਸ ਹਾਦਸੇ, ਕਹਿੰਦੇ ਛੁੱਟੀ ਦਾ ਦਿਨ ਵੀ ਸੀ ਫਿਰ ਵੀ ਪਤਾ ਨਹੀਂ ਕਿਉਂ ਪ੍ਰਾਈਵੇਟ ਸਕੂਲਾਂ ਵਾਲੇ ਕੀ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਸਮਝਦੇ ਨੇ, ਕੀ ਅਪਡੇਟ ਹੈ ਜੀ ਇਹਦੇ ਵਿੱਚ? ਅਸਲ ਦੇ ਵਿੱਚ ਨਾ ਇਹ ਬੜੀ ਜਿਹੜੇ ਹੈਗੇ ਸਕੂਲ ਬੱਸਾਂ ਦਾ ਨਾ ਹਾਦਸੇ ਨੇ, ਉਹ ਦੇਖੋ ਆਪਣੇ ਇੱਥੇ ਵੀ ਹੁੰਦੇ ਨੇ, ਪੰਜਾਬ 'ਚ ਬਥੇਰੇ ਹੋਏ ਨੇ, ਫਿਰ ਬਾਅਦ ਕੀ ਹੈ ਕਿ ਬਣਦਾ ਬੁਣਦਾ ਕੁਛ ਨੀ, ਮਾੜੇ ਪਹਿਲਾਂ ਮਾੜੇ ਜੀ ਡਰਾਈਵਰ ਤੇ ਕਾਰਵਾਈ ਕਰ ਦਿੰਦੇ ਨੇ ਇਹ, ਤੇ ਉਹ ਡਰਾਈਵਰ ਰੱਖਿਆ ਕਿਵੇਂ ਹੁੰਦਾ, ਉਹ ਡਰਾਈਵਰ ਤੋਂ ਜਿਹਦੇ ਕਿ ਉਹ ਉਹਨੂੰ ਕੋਈ ਤਜਰਬਾ ਵਗੈਰਾ ਹੁੰਦਾ ਹੈਗਾ ਵਾ ਇਸ ਪੇਸ਼ੇ ਦਾ, ਇਹ ਮਤਲਬ ਕਿਸੇ ਨੂੰ ਨੀ ਪਤਾ ਹੁੰਦਾ। ਬਾਅਦ ਵਿੱਚ ਕਿ ਸਕੂਲ ਆਪਣੇ ਬਚ ਜਾਂਦੇ ਨੇ, ਸਰਕਾਰਾਂ ਨੂੰ ਚੰਗਾ ਪੈਸਾ ਪੂਸਾ ਖਵਾ ਦਿੰਦੇ ਹੈਗੇ ਨੇ। ਹਾਂ, ਅੰਬਾਲੇ ਦੇ ਵਿੱਚ ਜਿਵੇਂ ਹਰਿਆਣੇ ਦਾ ਜਿਹੜਾ ਮਹਿੰਦਰਗੜ੍ਹ ਹੈ, ਸੜਕ ਹਾਦਸੇ ਦੇ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋਈ ਆ, ਇਹਦੇ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਕਾਰਵਾਈ ਕੀਤੀ ਹੈ ਕਿਉਂਕਿ ਚੋਣਾਂ ਦੇ ਨੇੜੇ ਨੇ। ਸਕੂਲ ਦੀ ਜਿਹੜੀ ਪ੍ਰਿੰਸੀਪਲ ਦੀਪਤੀ ਰਾਓ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਪ੍ਰਿੰਸੀਪਲ ਦੀਪਤੀ ਦੀ ਜਿਹੜੀ ਹੈਗੀ ਹੈ ਲਾਪਰਵਾਹੀ ਤਾਂ ਕਹਿੰਦੇ ਸਾਹਮਣੇ ਆਈ ਹੈ। ਪਿੰਡ ਖੇੜੀ ਦੇ ਵਿੱਚ ਇਹ ਸ਼ਰਾਬੀ ਬੱਸ ਚਾਲਕ ਸੀਗਾ, ਇਹਨੂੰ ਪਿੰਡ ਵਾਸੀਆਂ ਨੇ ਰੋਕਿਆ, ਡਰਾਈਵਰ ਦੇ ਸ਼ਰਾਬੀ ਹੋਣ ਦੀ ਸੂਚਨਾ ਪਿੰਡ ਵਾਸੀਆਂ ਨੇ ਪ੍ਰਿੰਸੀਪਲ ਨੂੰ ਦਿੱਤੀ ਸੀਗੀ। ਸੋ ਇਹ ਪ੍ਰਿੰਸੀਪਲ ਨੇ ਪਿੰਡ ਵਾਸੀਆਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਡਰਾਈਵਰ ਨੂੰ ਜਿਹੜਾ ਹੈਗਾ ਉਹ ਜਾਣ ਦੇ ਕੱਲ ਤੋਂ ਉਹਨੂੰ ਹਟਾ ਦਿੱਤਾ ਜਾਵੇਗਾ, ਪਰ ਪ੍ਰਿੰਸੀਪਲ ਨੇ ਜਿਹੜੀ ਬਣਦੀ ਹੋਈ ਕਾਰਵਾਈ ਕੀਤੀ ਨੀ ਹੈਗੀ। ਉਹ ਕਹਿੰਦੇ ਕਿ ਜੇ ਕੀਤੀ ਹੁੰਦੀ ਤਾਂ ਨਿਆਣਿਆਂ ਦੀ ਜਾਨ ਬਚ ਜਾਣੀ ਸੀਗੀ। ਸੋ ਬੱਸ ਡਰਾਈਵਰ ਜਿਹੜਾ ਹੈਗਾ ਇੱਕ ਉੱਥੇ ਇੱਕ ਪਿੰਡ ਦਾ ਹੀ ਰਹਿਣ ਵਾਲਾ ਸੀਗਾ, ਸਹਿਲਾਂਗ ਪਿੰਡ ਦੱਸਿਆ ਜਾ ਰਿਹਾ ਖਬਰਾਂ ਵਿੱਚ ਆ ਰਿਹਾ ਹੈਗਾ। ਸੋ ਵੱਡਾ ਕਾਰਨ ਹੈ ਕਿ ਇਹ ਡਰਾਈਵਰ ਨੇ ਸ਼ਰਾਬ ਪੀਤੀ ਸੀ, ਪਹਿਲਾਂ ਵੀ ਸ਼ਰਾਬ ਪੀਂਦਾ ਸੀ, ਪਹਿਲਾਂ ਵੀ ਸ਼ਿਕਾਇਤਾਂ ਗਈਆਂ ਸੀ, ਪ੍ਰਿੰਸੀਪਲ ਨੇ ਕੋਈ ਕਦਮ ਨਹੀਂ ਚੁੱਕਿਆ ਹੈਗਾ। ਪੁਲਿਸ ਨੇ ਹੁਣ ਜਿਹੜਾ ਹੈਗਾ ਡਾਇਰੈਕਟਰ ਦੇ ਦਫ਼ਤਰ ਤੋਂ ਜਿਹੜਾ ਕੋਈ ਦਸਤਾਵੇਜ਼ ਵੀ ਪ੍ਰਾਪਤ ਆਪਣੇ ਕਬਜ਼ੇ 'ਚ ਲਏ ਨੇ। ਸੋ ਪ੍ਰਿੰਸੀਪਲ ਨੇ ਇਹਦੇ ਬਾਰੇ ਹਲੇ ਚੁੱਪਧਾਰੀ ਹੋਈ ਸੀ, ਫਿਲਹਾਲ ਹੁਣ ਇਹ ਕਾਰਵਾਈ ਜਿਹੜੀ ਹੈਗੀ ਹੈ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਕੋਈ ਦੇਖੋ ਜਿਹੜੇ ਪ੍ਰਾਈਵੇਟ ਸਕੂਲ ਨੇ ਨਾ, ਇਹ ਤੁਹਾਡੇ ਕੋਲ ਚੰਗੀ ਤਰ੍ਹਾਂ ਤੁਹਾਡੀ ਛੱਡਦੇ ਆ, ਬਿਲਕੁਲ ਜੀ, ਆ ਹੁਣ ਕਿਤਾਬਾਂ ਦੀ ਰੁੱਤ ਆ ਉਹ ਤਾਂ ਵੀ ਛੱਡੀ ਜਾਂਦੇ ਨੇ, ਹੁਣ ਵੀ ਆ ਜਾਣੀਆਂ ਖਬਰਾਂ ਚੱਲਣੀਆਂ, ਆਪਾਂ ਅੱਗੇ ਜਾ ਕੇ ਅਗਲੇ ਪ੍ਰੋਗਰਾਮਾਂ 'ਚ ਆਪਾਂ ਨੂੰ ਜੀਣੀਆਂ ਪੈਣੀਆਂ ਨੇ ਵੀ ਆ ਦੇਖੋ ਵੀ ਇੱਥੇ ਆਹ ਕਰ ਲਿਆ ਆਹ ਕਰ ਲਿਆ, ਫਿਰ ਵਰਦੀਆਂ ਦੇ ਪੈਸੇ ਲੈਂਦੇ ਨੇ। ਪਰ ਜਿਹੜੀ ਇੱਕ ਜ਼ਿੰਮੇਵਾਰੀ ਹੈ ਤੁਹਾਡੇ ਬੱਚੇ ਦੀ, ਉਹਨੂੰ ਇੱਕ ਚੰਗਾ ਇਨਫਰਾਸਟ੍ਰਕਚਰ ਮਿਲੇ, ਚੰਗੀ ਪੜ੍ਹਾਈ ਮਿਲੇ, ਜੇ ਉਹ ਬੱਸ ਵਿੱਚ ਆ ਰਿਹਾ ਤਾਂ ਘੱਟੋ ਘੱਟ ਉਹਦੇ ਲਈ ਇੰਨਾ ਤਾਂ ਨਾ ਹੋਵੇ ਵੀ ਉਹ ਸੇਫ ਆਪਣੇ ਘਰੇ ਆਵੇ ਨਿਆਣਾ, ਤੇ ਸੇਫ ਆਪਣੇ ਜਿਹੜਾ ਸਕੂਲ ਦੇ ਵਿੱਚ ਜਾਵੇ, ਇਹ ਗੱਲ ਦੀ ਸਾਨੂੰ ਗਰੰਟੀ ਕੋਈ ਨਹੀਂ ਦੇ ਰਹੇ। ਇਹ ਵੈਸੇ ਤਾਂ ਦੇਖੋ ਜੀ, ਪਿੱਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਆਪਣੇ ਪੇਜ ਤੇ ਪਈ ਆ, 8-10 ਸਾਲ ਪੁਰਾਣੀ ਬੱਸ ਵਾਲਾ ਰੋਂਗ ਸਾਈਡ ਹੀ ਦੱਬੀ ਜਾਂਦਾ ਜੀ, ਜਿਹੜੇ ਆਪਣੇ ਡਬਲ ਫੋਰ ਲੇਨ ਸੜਕ ਦੇ ਉੱਤੇ ਕੰਪਲੀਟਲੀ ਰੋਂਗ ਸਾਈਡ ਤੇ ਪੂਰੀ ਸਪੀਡ ਤੇ, ਹਿਸਾਬ ਲਾ ਲਓ ਕੋਈ ਨਹੀਂ ਪੁੱਛਦਾ ਇਹਨਾਂ ਨੂੰ, ਉਹਨੂੰ ਹੈ ਕਿ ਕਿਸੇ ਨੇ ਪੁੱਛਣਾ ਕੋਈ ਨਹੀਂ ਵੀ ਜਾਂ ਮੈਂ ਇੰਨਾ ਮਾਹਰ ਹੈਗਾ ਮੈਂ ਆਪ ਹੀ ਕੱਢ ਕੇ ਲੈ ਜਾਊਂਗਾ, ਮੈਂ ਹੋ ਜਾਊਂਗਾ। ਉੱਥੇ ਤਾਂ ਮਹਾਰਤ ਜਿਹੜੀ ਹੈ ਜਦੋਂ ਇੱਕ ਵਾਰੀ ਵੱਡਿਆਂ ਵੱਡਿਆਂ ਦੀਆਂ ਨਿਕਲ ਜਾਂਦੀਆਂ ਨੇ,
ਇਹ ਅਸਲ ਵਿੱਚ ਨਾ ਜਿਵੇਂ ਹੁੰਦਾ ਨਾ ਕੁਛ ਵੀ ਹੈ ਤੁਸੀਂ ਇਹ ਰੂਲ ਰੂਲ ਹੁੰਦਾ ਵੀ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਉਲਟੇ ਪਾਸੇ ਗੱਡੀ ਨਹੀਂ ਚਲਾਉਣੀ ਤਾਂ ਉਹ ਰੂਲ ਹੈ ਕਿਉਂਕਿ ਸਵਾਲ ਇਹ ਹੈਗਾ ਵੀ ਇਹ ਰੂਲ ਫੋਲੋ ਨਹੀਂ ਹੁੰਦੇ ਤੇ ਨਾ ਹੀ ਸਾਡੇ ਇਹ ਫੋਲੋ ਕਰਵਾਉਣ ਲਈ ਕੁਛ ਹੁੰਦਾ ਹੈਗਾ ਬਸ ਕਾਨੂੰਨ ਬਣੇ ਹੋਏ ਨੇ ਕਿਤਾਬਾਂ 'ਚ ਧਰੇ ਹੋਏ ਹੈਗੇ ਨੇ ਤੇ ਤੁਹਾਨੂੰ ਪਤਾ ਵੀ ਮਿਲ ਜੁਲ ਕੇ ਸਾਰਾ ਕੁਛ ਚੱਲੀ ਜਾਂਦਾ ਇੱਥੇ ਸਾਡੇ ਬਠਿੰਡੇ ਜ਼ਿਲ੍ਹੇ 'ਚ ਇੱਕ ਬੜਾ ਵੱਡਾ ਇੰਸਟੀਟਿਊਟ ਹੈ ਜੀ ਉਹਦੀਆਂ ਅੱਧੀਆਂ ਬੱਸਾਂ ਦੀ ਪਾਸਿੰਗ ਹੈ ਨਹੀਂ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਬੱਸਾਂ ਲਾਈਆਂ ਇਹਨਾਂ ਦੀ ਪਾਸਿੰਗ ਹੈ ਨਹੀਂ ਉਹ ਸਕੂਲ ਬੱਸ ਦੇ ਹਿਸਾਬ ਨਾਲ ਚੱਲ ਹੀ ਨਹੀਂ ਸਕਦੀਆਂ ਹੋਰ ਦੱਸੋ ਇੰਨੀਆਂ ਪੁਰਾਣੀਆਂ ਨੇ ਕਿਉਂਕਿ ਨਵੀਂ ਬੱਸ ਤਾਂ ਕੋਈ ਲਾਉਂਦਾ ਨਹੀਂ ਮੈਨੂੰ ਲੱਗਦਾ ਦਰਨ ਅਲੀ ਸਾਹਿਬ ਜੇ ਆਪਾਂ ਇਹ ਪ੍ਰਾਈਵੇਟ ਜਿਹੜੇ ਸਕੂਲ ਨੇ ਨਾ ਇਹਨਾਂ ਵਿੱਚੋਂ ਇਹਦੇ ਆਉਂਦੀਆਂ ਬੱਸਾਂ ਲੱਭੀਆਂ ਤੇ ਬਹੁਤਿਆਂ ਦਾ ਇਹੀ ਹਾਲ ਹੋਣਾ ਤੇ ਆਪਾਂ ਇਹਨਾਂ ਨੇ ਭਾਜਪਾ ਨੇ ਕਹਿੰਦੇ ਲਿਸਟ ਇੱਕ ਹੋਰ ਜਾਰੀ ਕੀਤੀ ਹੈ ਉਹ ਕੀ ਬੋਲਦੀ ਹੈ ਜੀ ਉਹ ਬੋਲਦੀ ਹੈ ਕਿ ਇਹਨਾਂ ਹੌਲੀ ਹੌਲੀ ਪਾਰਟੀਆਂ ਆਪਣੀ ਲਿਸਟ ਜਾਰੀ ਕਰਨ ਲੱਗੀਆਂ ਨੇ ਤੁਸੀਂ ਦੇਖੋ ਵੀ ਮੈਂ ਦੇਖਦਾ ਹੁੰਦਾ ਸੀ ਅੱਗੇ ਤੋਂ ਜਿਹੜੀ ਲਿਸਟ ਜਾਰੀ ਹੁੰਦੀ ਸੀ 100 ਬੰਦੇ ਦੀ ਲਿਸਟ ਜਾਰੀ ਹੋ ਗਈ 50 ਦੀ ਹੋ ਗਈ ਹਨਾ ਐਸੀ 10 ਬੰਦਿਆਂ ਦੀ ਹੋ ਗਈ 5 ਦੀ ਹੋ ਗਈ 7 ਦੀ ਹੋ ਗਈ ਇਹ ਮਤਲਬ ਬੀਜੇਪੀ ਵੱਲੋਂ ਵੀ ਏਦਾਂ ਹੀ ਹੋ ਰਿਹਾ ਕਾਂਗਰਸ ਵਗੈਰਾ ਵੱਲੋਂ ਵੀ ਏਦਾਂ ਹੀ ਹੋ ਰਿਹਾ ਅਦਰਸ ਪਾਰਟੀ ਵੀ ਐਂ ਕਰ ਰਹੀ ਹੈ ਜਿਹੜੀਆਂ ਮਤਲਬ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੇ ਭਾਜਪਾ ਨੇ ਜਿਹੜਾ ਆਪਣੀ 9 ਬੰਦਿਆਂ ਦੀ ਲਿਸਟ ਜਾਰੀ ਕੀਤੀ 10ਵੀਂ ਸੂਚੀ ਕਹਿ ਰਹੇ ਨੇ ਇਹਦੇ ਵਿੱਚ ਤਾਂ ਜੋ ਚੀਜ਼ ਦੇਖਣ ਵਾਲੀ ਆ ਯੂਪੀ ਦੇ ਵਿੱਚ ਬਲੀਆ ਇਲਾਕਾ ਹੁੰਦਾ ਸੀ ਚੰਦਰ ਸ਼ੇਖਰ ਦਾ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੇ ਜਿਹੜੇ ਪੁੱਤਰ ਨੀਰਜ ਸ਼ੇਖਰ ਉਹਨੂੰ ਨਾਲ ਜੋੜ ਲਿਆ ਹੁਣ ਦੇਖਣ ਵਾਲੀ ਗੱਲ ਹੈ ਕਿ ਚੰਦਰ ਸ਼ੇਖਰ ਸਾਰੀ ਉਮਰ ਇਸ ਤਰ੍ਹਾਂ ਦੀਆਂ ਤਾਕਤਾਂ ਦਾ ਵਿਰੋਧੀ ਰਿਹਾ ਹੈ ਤੇ ਚੰਦਰ ਸ਼ੇਖਰ ਦੇ ਪਰਿਵਾਰ ਵਿੱਚ ਵੀ ਉਹਨਾਂ ਨੇ ਆਪਣੀ ਘੁਸਪੈਠ ਕੀਤੀ ਹੈ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਜਿਹੜਾ ਹੈਗਾ ਉਹਨੂੰ ਉਮੀਦਵਾਰ ਐਲਾਨ ਦਿੱਤਾ ਬਲੀਆ ਸੀਟ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਚੰਦਰ ਸ਼ੇਖਰ ਆਜ਼ਾਦ ਉਮੀਦਵਾਰ ਵਜੋਂ ਵੀ ਜਿੱਤਦਾ ਰਿਹਾ ਮਤਲਬ ਜਦੋਂ ਚੰਦਰ ਸ਼ੇਖਰ ਹੋਰੇ ਬੜੇ ਕਿਰਦਾਰ ਵਾਲੇ ਲੀਡਰ ਸੀ ਨਾ ਜੀ ਇਹ ਲੋਕ ਬਿਲਕੁਲ ਜਦੋਂ ਆ 98-98 ਦੀ ਇਲੈਕਸ਼ਨ ਸੀ 96 ਦੀ ਇਲੈਕਸ਼ਨ ਸੀ ਉਦੋਂ ਤਾਂ ਮੈਨੂੰ ਯਾਦ ਹੈ ਕਿ ਚੰਦਰ ਸ਼ੇਖਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀਗੀ ਤੇ ਆਰਾਮ ਨਾਲ ਬਲੀਆ ਸੀਟ ਉਹਨਾਂ ਨੇ ਜਿੱਤੀ ਸੀ ਇਸੇ ਤਰ੍ਹਾਂ ਹੋ ਸਕਦਾ ਵੀ ਉਹੀ ਦਬਦਬਾ ਹੁਣ ਵੀ ਹੋਵੇ ਉਹਨਾਂ ਦੇ ਪਰਿਵਾਰ ਦਾ ਤੇ ਉਹਦਾ ਫਾਇਦਾ ਬੀਜੇਪੀ ਲੈਣਾ ਚਾਹੁੰਦੀ ਹੋਵੇ ਦੂਜੇ ਪਾਸੇ ਤੁਸੀਂ ਦੇਖੋ ਕਿ ਚਿਰਾ ਸ਼ੇਖਰ ਨੂੰ 4 ਵਾਰ ਸੰਸਦ ਮੈਂਬਰ ਜਿਹੜਾ ਹੈਗਾ ਵਰਿੰਦਰ ਸਿੰਘ ਦੀ ਥਾਂ ਦੇ ਉੱਤੇ ਟਿਕਟ ਦਿੱਤੀ ਗਈ ਹੈ ਭਾਜਪਾ ਨੇ ਆਪਣੀ ਜਿਹੜੀ 10ਵੀਂ ਸੂਚੀ ਹੈ ਉਹਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ 7 ਸੀਟਾਂ 1 ਸੀਟ ਪੱਛਮੀ ਬੰਗਾਲ ਦੀ ਤੇ 1 ਚੰਡੀਗੜ੍ਹ ਦੀ ਇੱਥੋਂ ਉਮੀਦਵਾਰ ਐਲਾਨੇ ਨੇ ਇਹਦੇ ਵਿੱਚ SS ਆਹਲੂਵਾਲੀਆ ਜਿਹੜਾ ਕਿ ਪਹਿਲਾਂ ਪੁਰਾਣਾ ਕਾਂਗਰਸੀ ਹੁੰਦਾ ਸੀ ਰਾਜੀਵ ਗਾਂਧੀ ਦੇ ਵੇਲੇ ਦਾ ਉਹਨਾਂ ਦੇ ਰਾਜੀਵ ਗਾਂਧੀ ਦਾ ਬਹੁਤ ਨੇੜੇ ਸੀਗਾ ਕਈ ਲੋਕ ਚਮਚਾ ਸ਼ਬਦ ਵੀ ਵਰਤ ਲੈਂਦੇ ਨੇ ਪਰ ਅਸੀਂ ਇਹ ਸ਼ਬਦ ਨਹੀਂ ਵਰਤਾਂਗੇ ਪਰ ਲੋਕ ਵਰਤਦੇ ਉਹ ਹੁਣ ਕਈ ਸਾਲਾਂ ਦੇ ਬੀਜੇਪੀ ਵਿੱਚ ਆਏ ਹੋਏ ਨੇ ਤੇ ਉਹਨਾਂ ਨੂੰ ਹੁਣ ਬੀਜੇਪੀ ਚੰਗੀ ਲੱਗਣ ਲੱਗੀ ਹੋਈ ਹੈ ਉਹਨਾਂ ਨੂੰ ਫਿਰ ਦੁਬਾਰੇ ਜਿਹੜਾ ਟਿਕਟ ਬੰਗਾਲ ਦੇ ਆਸਨ ਸੋਲ ਤੋਂ ਦਿੱਤੀ ਹੈ ਪਾਰਸ ਮਹਾਤਰਾਏ ਆ ਉਹਨਾਂ ਨੂੰ ਉੱਤਰ ਪ੍ਰਦੇਸ਼ ਤੇ ਗਾਜ਼ੀਪੁਰ ਤੋਂ ਦਿੱਤੀ ਹੈ ਨੀਰਜ ਤ੍ਰਿਪਾਠੀ ਹੈ ਉਹਨੂੰ ਇਲਾਹਾਬਾਦ ਤੋਂ ਟਿਕਟ ਮਿਲੀ ਹੈ ਜੈਵੀਰ ਸਿੰਘ ਠਾਕੁਰ ਨੂੰ ਮੈਨਪੁਰੀ ਤੋਂ ਪ੍ਰਵੀਨ ਪਟੇਲ ਨੂੰ ਫੁੱਲਪੁਰ ਤੋਂ ਵਿਨੋਦ ਸੋਨਕਾਰ ਨੂੰ ਕੌਸੰਬੀ ਤੋਂ ਤੇ ਬੀਪੀ ਸਰੋਹ ਨੂੰ ਇਹ ਮਾਛਿਲ ਸ਼ਹਿਰ ਤੋਂ ਟਿਕਟ ਦਿੱਤੀ ਹੈ ਤੇ ਚੰਡੀਗੜ੍ਹ ਦਾ ਜਿਹੜੀ ਕਿਰਨ ਖੇਰ ਵਾਲਾ ਮਾਮਲਾ ਸੀਗਾ ਉਹ ਕਾਫੀ ਦੇਰ ਦਾ ਚੱਲਿਆ ਆ ਰਿਹਾ ਸੀ ਵੀ ਕਿਰਨ ਖੇਰ ਨੂੰ ਵੀ ਸ਼ਾਇਦ ਐਸੀ ਗੱਲ ਬਣੇ ਨਾ ਕਿਉਂਕਿ ਖਬਰਾਂ ਤਾਂ ਕਈ ਤਰ੍ਹਾਂ ਦੀਆਂ ਸੀਗੀਆਂ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਇਹਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਬਣਾਈ ਹੋਈ ਆ ਉਹਦੇ ਸਤਨਾਮ ਸੰਧੂ ਦਾ ਵੀ ਇੱਕ ਵਾਰ ਜ਼ਿਕਰ ਆ ਰਿਹਾ ਸੀਗਾ ਪਰ ਉਹਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਕਿਉਂਕਿ ਉਹ ਬੀਜੇਪੀ ਨੂੰ ਸ਼ਾਇਦ ਪਤਾ ਸੀਗਾ ਵੀ ਉਹ ਟਿਕਟ ਨਾ ਸੀਟ ਨਾ ਕੱਢ ਸਕੇ ਕਿਉਂਕਿ ਐਸਕੀ ਮੁਕਾਬਲਾ ਫਸਮਾ ਹੋਣਾ ਸੀ ਐਸਕੀ ਕਾਂਗਰਸ ਤੇ ਆਪ ਵਾਲੇ ਨੇ ਜਿਹੜੇ ਉਹ ਗੱਠਜੋੜ ਕਰਕੇ ਲੜ ਰਹੇ ਨੇ ਚੰਡੀਗੜ੍ਹ ਵਾਲੀ ਇਸ ਲਈ ਇਹਨਾਂ ਨੇ ਹੁਣ ਇਸ ਮਾਮਲੇ ਵਿੱਚ ਜਿਹੜਾ ਹੈਗਾ ਕਿਰਨ ਖੇਰ ਦਾ ਕਿਉਂਕਿ ਪਿੱਛੇ ਜਿਹੜਾ ਰਿਕਾਰਡ ਹੈ ਉਹ ਕੋਈ 2004
ਜਿੱਤਦੀ ਆ ਰਹੀ ਹੈ ਸੀਟ, 14 ਤੋਂ ਜਿੱਤਦੀ ਆ ਰਹੀ ਹੈ। 14 ਤੋਂ ਬਾਅਦ ਜਿਹੜਾ ਕਹਾਣੀ ਇਹ ਹੋਈ ਕਿ ਵੀ ਕਿਰਨ ਖੇਰ ਦੀਆਂ ਸ਼ਿਕਾਇਤਾਂ ਵੀ ਆਉਣ ਲੱਗੀਆਂ ਵੀ ਇੰਨੀ ਐਕਟਿਵ ਨਹੀਂ ਰਹੀ ਆਪਣੇ ਹਲਕੇ ਦੇ ਵਿੱਚ, ਹੁਣ ਉਹਦੀ ਜਗ੍ਹਾ ਦੇ ਉੱਤੇ ਕਿਰਨ ਖੇਰ ਦੀ ਜਗ੍ਹਾ ਤੇ ਸੰਜੇ ਟੰਡਨ ਨੂੰ ਉਹਨਾਂ ਨੇ ਉਮੀਦਵਾਰ ਬਣਾਇਆ। ਸੰਜੇ ਟੰਡਨ ਪੁਰਾਣਾ ਭਾਜਪਾ ਹੀ ਹੈਗਾ ਤੇ ਹਿਮਾਚਲ ਪ੍ਰਦੇਸ਼ ਪਾਰਟੀ ਦਾ ਜਿਹੜਾ ਹੈਗਾ ਸਹਿ ਇੰਚਾਰਜ ਵੀ ਰਿਹਾ। ਛੱਤੀਸਗੜ੍ਹ ਦੇ ਜਿਹੜੇ ਸਾਬਕਾ ਰਾਜਪਾਲ ਰਹੇ ਨੇ ਬਲਰਾਮ ਜੀ ਦਾਸ ਟੰਡਨ, ਉਹਦਾ ਪੁੱਤਰ ਵੀ ਰਿਹਾ ਕਿਉਂਕਿ ਪੰਜਾਬ ਨਾਲ ਰਿਸ਼ਤਾ ਇਹਦਾ ਹੈਗਾ। ਇਹ ਕਿਉਂਕਿ ਬਲਰਾਮ ਜੀ ਦਾਸ ਟੰਡਨ ਸੀ ਜਿਹੜਾ ਉਹ ਜਨਸੰਘ ਦੇ ਬਾਨੀਆਂ ਦੇ ਵਿੱਚ ਅੰਮ੍ਰਿਤਸਰ ਤੋਂ ਸੀ ਮੇਰੇ ਖਿਆਲ। ਹਾਂਜੀ ਬਿਲਕੁਲ, ਇਹ ਮੰਤਰੀ ਵੀ ਰਿਹਾ ਆਪਣੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਤੇ ਇਵਨ ਇਦੋਂ ਤੱਕ ਆਰੀਆ ਸਮਾਜ ਨਾਲ ਵੀ ਇਹਦਾ ਪੁਰਾਣਾ ਕਨੈਕਸ਼ਨ ਰਿਹਾ ਕਿਉਂਕਿ ਆਰੀਆ ਸਮਾਜ ਪਹਿਲਾਂ ਜਦੋਂ ਲਾਹੌਰ ਵਗੈਰਾ ਚ ਗੱਲ ਹੁੰਦਾ ਸੀ ਉਦੋਂ ਵੀ ਉਹਨਾਂ ਦਾ ਆਪਣਾ ਸੀ ਹਿਸਾਬ ਕਿਤਾਬ। ਤੇ ਇਹਦੇ ਨਾਲ ਹੀ ਪੰਜਾਬ ਭਾਜਪਾ ਦੇ ਮੁਖੀ ਵੀ ਰਿਹਾ ਸੰਜੇ ਟੰਡਨ ਨੇ, ਜਿਹੜਾ ਉਹਨੇ ਚੰਡੀਗੜ੍ਹ ਤੋਂ ਟਿਕਟ ਲਈ ਹੈ। ਤੇ ਹੁਣ ਕਿਰਨ ਖੇਰ ਬੀਬੀ ਇਹ ਫੋਟੋਆਂ ਪਾ ਰਹੀ ਹੈ ਕਿ ਮੇਰੀ ਜੀ ਉਹਦੇ ਨਾਲ ਬਣਦੀ ਹੈ, ਮੈਂ ਕੋਈ ਨਾਰਾਜ਼ ਨਹੀਂ ਹੈਗੀ ਕਿਉਂਕਿ ਬੀਜੇਪੀ ਚ ਸਾਨੂੰ ਦਿਖਾਉਣਾ ਪੈਂਦਾ। ਦੂਜੀਆਂ ਪਾਰਟੀਆਂ ਤੁਸੀਂ ਕਹਿੰਦੇ ਵੀ ਮੈਂ ਪਾਰਟੀ ਛੱਡਦਾ ਜਾਂ ਮੈਂ ਪਾਰਟੀ ਛੱਡਦੀ ਹਾਂ, ਪਰ ਬੀਜੇਪੀ ਵਿੱਚ ਤੁਹਾਨੂੰ ਪਤਾ ਵੀ ਅਮਿਤ ਸ਼ਾਹ ਤੇ ਮੋਦੀ ਦਾ ਇੰਨਾ ਆਤੰਕਵਾਦ ਵੀ ਤੁਸੀਂ ਸਾਹ ਨਹੀਂ ਲੈ ਸਕਦੇ ਹੈਗੇ। ਤੁਸੀਂ ਹੁਣ ਜੇ ਤੁਸੀਂ ਛੱਡ ਕੇ ਜਾਓਗੇ ਦੂਜੇ ਪਾਸੇ ਕਿੱਦਾਂ ਫਿਰ ਈਡੀ ਆ ਜੂਗੀ ਤੁਹਾਡੇ ਪਿੱਛੇ, ਤੇ ਤੁਹਾਡੇ ਸਾਡੇ ਤੇ ਪਹਿਲਾਂ ਕਿਰਪਾ ਕੀਤੀ ਹੋਈ ਇਹਨਾਂ ਨੇ, ਇਸ ਕਰਕੇ ਫਿਰ ਬੀਬੀ ਨੂੰ ਬਦੋ ਬਦੀ ਫੋਟੋ ਸਾਂਝੀ ਕਰਨੀ ਪਈ ਵੀ ਮੇਰੇ ਤਾਂ ਦੇਖੋ ਬੜੇ ਵਧੀਆ ਇਹਨਾਂ ਨਾਲ ਸੰਬੰਧ ਨੇ, ਮੇਰਾ ਤਾਂ ਭਾਈ ਆ, ਮੇਰਾ ਤਾਂ ਫਲਾਣਾ ਵਾ ਤੇ ਮੈਂ ਬੜੀ ਖੁਸ਼ ਹੈਗੀ ਹਾਂ। ਕਿਉਂਕਿ ਨਿਕੇ ਬੀਬੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹ ਕਰਨ ਲੱਗੀ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ੋਪਿੰਗ ਹੋਗੀ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ।
ਬਾਈ ਜੀ ਨਵੀਂ DD 15 ਚਲਾਉਂਦੇ ਜਾਂ ਪੈਕਾਰ ਮੈਕਸਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਨੇ ਇਸ ਵਕਤ ਸ਼ਵਿੰਦਰ ਜੀ, ਅਤੇ ਸ਼ਵਿੰਦਰ ਜੀ ਦੇ ਨਾਲ ਅੱਗੇ ਗੱਲ ਵਧਾਉਂਦੇ ਅਤੇ ਚੱਲਦੇ ਹਾਂ ਰਾਮਦੇਵ ਹੋਰਾਂ ਦੇ ਮਸਲੇ ਦੇ ਉੱਤੇ। ਰਾਮਦੇਵ ਵੀ ਬੜੀਆਂ ਸ਼ਵਿੰਦਰ ਜੀ ਮੋਢਿਆਂ ਦੇ ਉੱਤੋਂ ਦੀ ਲੱਤਾਂ ਕੱਢਦਾ ਹੁੰਦਾ ਸੀ, ਕਹਿੰਦੇ ਹੁਣ ਉਸੇ ਥਾਂ ਦੇ ਉੱਤੇ ਕੰਨ ਫੜਾਤੇ ਨੇ ਅਦਾਲਤ ਨੇ। ਤੁਸੀਂ ਦੇਖੋ ਕਿ ਇੱਕ ਬੰਦਾ ਨਾ ਢੀਠ ਹੁੰਦਾ, ਢੀਠ ਬੰਦਾ ਕਹਿੰਦਾ ਵੀ ਮੈਂ ਜਿਹੜਾ ਹੁਕਮ ਅਦੁੱਲੀ ਵੀ ਕਰਦਾ ਤੇ ਉਹ ਫਿਰ ਮੰਨਦਾ ਵੀ ਨਹੀਂ ਵੀ ਮੈਂ ਹੁਕਮ ਅਦੁੱਲੀ ਵੀ ਕੀਤੀ ਆ, ਜਾਂ ਫਿਰ ਕਾਨੂੰਨ ਵਗੈਰਾ ਲਾਅ ਵਗੈਰਾ ਦੇ ਛਿੱਕੇ ਕਿਵੇਂ ਛਡਾਉਂਦਾ ਉਹ ਬੰਦਾ ਜਿਹਨੂੰ ਕੋਈ ਬੇਪਰਵਾਹ ਹੁੰਦਾ। ਮੈਨੂੰ ਲੱਗਦਾ ਘੱਟੋ ਘੱਟ 4 ਵਾਰ ਸੁਪਰੀਮ ਕੋਰਟ ਨੇ ਲਤਾੜ ਪਾਈ ਹੈ, ਮਤਲਬ 4-5 ਵਾਰ ਹੋ ਗਏ ਨੇ, ਕਿਉਂਕਿ ਇਹਨੂੰ ਕਿਹਾ ਸੀ ਵੀ ਤੂੰ ਇੱਕ ਤਾਂ ਜਿਹੜਾ ਆਪਣੀਆਂ ਦਵਾਈਆਂ ਉੱਤੇ ਭਰਮਾਊ ਪ੍ਰਚਾਰ ਕਰਦਾ ਵੀ ਕਹਿਣਾ ਵੀ ਮੈਡੀਕਲ ਸਾਇੰਸ ਕੁਛ ਨਹੀਂ ਹੈਗੀ, ਮੇਰੀ ਦਵਾਈ ਹੈਗੀ ਇਹਦੇ ਨਾਲ ਝੱਟ ਰੋਗ ਦੂਰ ਹੋ ਜੂ ਫਲਾਨਾ, ਇਹੋ ਜਿਹੇ ਰੋਗ ਵੀ ਦੂਰ ਕਰਨ ਲੱਗ ਗਿਆ। ਇਹਦੇ ਵਿੱਚ ਜੇ ਮੁੰਡਾ ਦੇਣ ਦੀ ਦਵਾਈ ਵੀ ਗਰੰਟੀ ਵੀ ਦੇਣ ਲੱਗ ਗਿਆ, ਹੁਣ ਸੋਚੋ ਵੀ ਦਵਾਈ ਇਹਨਾਂ ਨੂੰ ਮੁੰਡਾ ਦੇਣਾ ਇਹ ਅਨਸਾਇੰਟੀਫਿਕ ਗੱਲ ਹੈ। ਫਿਰ ਕਰੋਨਾ ਦੇ ਵਿੱਚ ਜਿਹਦੇ ਬਾਰੇ ਹਾਲੇ ਜ਼ਿਕਰ ਵੱਡੇ ਵੱਡੇ ਲੱਗੇ ਹੋਏ ਆ, ਕਹਿੰਦਾ ਕਿ ਮੇਰੀ ਦਵਾਈ ਨਾਲ ਕਰੋਨਾ ਹੀ ਦੂਰ ਹੋ ਜਾਂਦਾ। ਕਰੋਨਾ ਦੂਰ ਹੋਣ ਦੀ ਗੱਲ ਛੱਡੋ, ਇੱਥੋਂ ਤੱਕ ਕਿ ਇੱਕ ਪਾਸੇ ਤਾਂ ਭਾਰਤ ਸਰਕਾਰ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਤੁਸੀਂ ਵੈਕਸੀਨ ਲਵਾਓ, ਫਲਾਨਾ ਕਰੋ, ਦੂਜੇ ਪਾਸੇ ਉਹ ਭਾਰਤ ਸਰਕਾਰ ਦੇ ਉਸੇ ਸਰਕਾਰ ਦਾ ਸਿਹਤ ਮੰਤਰੀ ਹੈ ਜਿਹੜਾ ਉਹ ਜਾ ਕੇ ਇਹਦੀ ਕਰੋਨਾ ਉਹੀ ਦਵਾਈ ਰਿਲੀਜ਼ ਕਰ ਰਿਹਾ ਹੈਗਾ, ਉਹਦਾ ਪ੍ਰਚਾਰ ਕਰ ਰਿਹਾ, ਕਿ ਉਹਦਾ ਅੱਜ ਤੱਕ BJP ਨੇ ਜਵਾਬ ਨਹੀਂ ਦਿੱਤਾ ਵੀ ਸਾਡਾ ਸਿਹਤ ਮੰਤਰੀ ਹੈ। ਅਗਰ ਸਿਹਤ ਮੰਤਰੀ ਜੇ ਕੋਈ ਹੋਰ ਮੰਤਰੀ ਹੋਏ ਤਾਂ ਵੀ ਮੰਨੇ ਆ, ਸਿਹਤ ਮੰਤਰੀ ਜਾ ਕੇ ਜਿਹੜਾ ਇਹਦੀ ਉਸ ਜਿਹੜੀ ਹੈਗੀ ਹੈ ਉਹ ਦਵਾਈ ਹੈ ਜਿਹੜੀ ਇਹਨੇ ਬਣਾਈ ਸੀ ਉਹਦਾ ਪ੍ਰਚਾਰ ਕਰਨ ਲੱਗਿਆ ਹੋਇਆ। ਸੋ ਇਹ ਬੜਾ ਕੁਛ ਸੀਗਾ, ਇਹ ਸਾਰੇ ਨੂੰ ਮੁੱਖ ਰੱਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਹ ਤਾਂ ਤੂੰ ਲੋਕਾਂ ਨੂੰ ਗੁੰਮਰਾਹ ਕਰਨ ਲੱਗਿਆ ਹੋਇਆ ਵਾ, ਤੇ ਤੇਰੀ ਕੰਪਨੀ ਉੱਤੇ ਹੋਏਗਾ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਫਿਰ ਬਾਅਦ ਵਿੱਚ ਇਹਨੇ ਕੋਈ ਪਹਿਲਾਂ ਤਾਂ ਉਹੀ ਚੀਪੀ ਕਰਨ ਲੱਗਿਆ ਵੀ ਨਾ ਜੀ ਏਦਾਂ ਗੋਲਮੋਲ ਜੀ ਗੱਲ ਕਰਨ ਲੱਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਵੀ ਭਾਈ ਗੋਲਮੋਲ ਗੱਲਾਂ ਨਾਲ ਨਹੀਂ ਗੱਲ ਬਣਨੀ ਹੈਗੀ, ਬੰਦਾ ਬਣ ਕੇ ਮਾਫ਼ੀ ਮੰਗ, ਤੂੰ ਮੰਗ ਤੇ ਬਾਲਕ੍ਰਿਸ਼ਨ ਜਿਹੜਾ ਇਹਦਾ ਪ੍ਰਬੰਧਕ ਹੈਗਾ ਇਹਦੀ ਕੰਪਨੀ ਦਾ ਉਹ ਮੰਗੇ। ਫਿਰ ਇਹਨਾਂ ਨੇ ਇੱਕ ਲਿਖਤੀ ਜੀ ਮਾਫ਼ੀ ਦੇ ਦਿੱਤੀ, ਉਹੀ ਜਿਵੇਂ ਕਹਿੰਦੇ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਲਈ। ਫਿਰ ਸੁਪਰੀਮ ਕੋਰਟ ਕਹਿੰਦੀ ਕਿ ਬੰਦਾ ਬਣ ਜਾ, ਇਹ ਤਾਂ ਸਿਰਫ ਕਾਗਜ਼ ਦਾ ਟੁਕੜਾ ਭੇਜਿਆ ਹੈ, ਇਹ ਮਾਫ਼ੀ ਲੱਗਦੀ ਨਹੀਂ ਵੀ ਤੂੰ ਮਾਫ਼ੀ ਹੈਗੀ ਆ, ਤੇ ਇਹ ਤਾਂ ਆਇਆ ਜਿਵੇਂ ਕੋਈ ਬੰਦਾ ਫਸ ਜਾਣ ਤੇ ਬਾਅਦ ਨਾ ਜਿਹੜਾ ਹੈਗਾ ਬਚ ਕੇ ਨਿਕਲਣ ਦਾ ਜਿਹੜਾ ਢੰਗ ਹੁੰਦਾ ਹੈਗਾ। ਸੋ ਹੁਣ ਇਸ ਮਾਮਲੇ ਉੱਤੇ ਕਾਰਵਾਈ ਜਿਹੜੀ 16 ਤਰੀਕ ਨੂੰ ਸੁਪਰੀਮ ਕੋਰਟ ਕਰਨ ਲੱਗੀ ਹੈ। ਤੁਸੀਂ ਇਹ ਦੇਖੋ ਕਿ ਜੇ ਕੋਈ ਹੋਰ ਬੰਦੇ ਤਾਂ ਥੋੜੀ ਜਿਹੀ ਵੀ ਕੋਈ ਗਲਤੀ ਹੋਵੇ ਤਾਂ ਕਹਿਣਗੇ ਦੇਖੋ ਜੀ ਅਦਾਲਤ ਦੀ ਤੌਹੀਨ ਹੋ ਗਈ, ਫਲਾਣੇ ਦੀ ਹੋ ਗਈ। ਇੱਥੇ ਬੰਦਾ ਲਗਾਤਾਰ ਅਦਾਲਤ ਦੀ ਤੌਹੀਨ ਵੀ ਕਰ ਰਿਹਾ, ਤੌਹੀਨ ਕਰ ਹੀ ਨਹੀਂ ਰਿਹਾ, ਅਦਾਲਤ ਖੁਦ ਕਹਿ ਰਹੀ ਹੈ ਵੀ ਭਾਈ ਤੈਨੂੰ ਸਾਡੀ ਕੋਈ ਪਰਵਾਹ ਹੀ ਨਹੀਂ, ਤੂੰ ਤਾਂ ਗੱਲ ਮੰਨਦੇ ਨਹੀਂ ਟਿੱਚ ਜਾਣ ਦਾ, ਇੱਥੇ ਨਾ ਤਾਂ ਕਿਸੇ ਭਾਜਪਾਈ ਦੀ ਜਿਹੜੀ ਜ਼ਬਾਨ ਚੋਂ ਕੁਛ ਨਿਕਲ ਰਿਹਾ, ਨਾ ਹੀ ਰਾਮਦੇਵ ਚੋਂ ਨਿਕਲ ਰਿਹਾ ਜਿਹੜਾ ਲੋਕਾਂ ਨੂੰ ਸਰਟੀਫਿਕੇਟ ਵੰਡਦਾ ਫਿਰਦਾ ਸੀ ਵੀ ਗੱਦਾਰ ਨਾ ਇਹ ਢੀਂਗੜਾ, ਉਹੀ ਰਾਮਦੇਵ ਆਪਣੀ ਚਮੜੀ ਬਚਾਉਣ ਲਈ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਗੱਲ ਮੰਨਣ ਨੂੰ ਤਿਆਰ। ਦੱਸੋ ਵੈਸੇ ਇਹਨੇ ਵੀ ਅੱਤ ਬੜੀ ਚੱਕੀ ਵੀ ਸੀਗੀ ਹਨਾ,
ਸੱਤਾ ਦੀ ਸਰਪ੍ਰਸਤੀ ਮਿਲੀ ਹੁੰਦੀ ਆ ਨਾ ਜਦੋਂ ਆਪਣਾ ਦਾਨੇਵਾਲੀਆ ਸਾਹਿਬ, ਉਦੋਂ ਉਹੀ ਬੰਦੇ ਹੱਥ ਚੁੱਕਦੇ ਨੇ। ਜੇ ਤੁਸੀਂ ਇਹੋ ਜਿਹੇ ਲੋਕਾਂ ਕੋਲੋਂ ਝੱਟ ਸਰਪ੍ਰਸਤੀ ਖੋਹ ਲਿਓ ਸੱਤਾ ਦੀ, ਫਿਰ ਇਹਨਾਂ ਦੇ ਹੱਥ ਚੁੱਕਣਾ ਹੀ ਬੰਦ ਹੋ ਜਾਂਦੀ ਹੈ ਇਹਨਾਂ ਦੀ। ਆਤੇ ਚੁੱਕਦੇ ਹੀ ਉਹੋ ਜਿਹੇ ਨੇ, ਆਪਣੇ ਆਪ ਚ ਕੁਛ ਨੀ ਹੁੰਦੇ ਹੈਗੇ। ਜਦੋਂ ਇਹਨਾਂ ਨੂੰ ਸਟੈਬਲਿਸ਼ਮੈਂਟ ਚਮਕਾਉਂਦੀ ਹੈ, ਹੱਲਾਸ਼ੇਰੀ ਦਿੰਦੀ ਹੈ ਤੇ ਹੱਥ ਚੁੱਕਦੇ ਨੇ। ਜੇ ਇਹਨਾਂ ਦੇ ਪਿੱਛੋਂ ਸਪੋਰਟ ਖੋਹ ਲਿਓ ਹੁਣ, ਤੋ ਉਦੋਂ ਬਾਅਦ ਵਿੱਚ ਆਤ ਕਿਤੇ ਨਾ ਕਿਤੇ ਤੁਹਾਨੂੰ ਦਿਖਣੀ ਨੀ ਹੈਗੀ, ਫਿਰ ਇਹ ਸਲਵਾਰ ਪਾ ਕੇ ਭਜਦੇ। ਫਿਰ ਤਾਂ ਕਹਿੰਦੇ ਫਿਰ ਪੁਲਿਸ ਵੀ ਐਂ ਜੁੱਪ ਲੈਂਦੀ ਹੈ, ਸਟੇਜ ਤੋਂ ਛਾਲ ਮਾਰਦੇ। ਤੇ ਚੀਨ ਦੀ ਸਥਿਤੀ ਬਾਰੇ ਅਮਿਤ ਸ਼ਾਹ ਨੇ ਬੜੇ ਝੂਠੇ ਦਾਅਵੇ ਕੀਤੇ ਨੇ ਜੀ। ਚੀਨ ਬਾਰੇ ਨਾ ਹੁਣ ਦੇਖੋ, ਇੱਕ ਤਾਂ ਇਹ ਲਗਾਤਾਰ ਕੋਈ ਪਹਿਲੀ ਤਫਾ ਤਾਂ ਨਹੀਂ, ਕਈ ਵਾਰ ਇਹ ਝੂਠ ਬੋਲਦੇ ਆਏ ਨੇ, ਪਰ ਚੋਣਾਂ ਨੇੜੇ ਆ ਗਈਆਂ, ਹੁਣ ਦੁਬਾਰੇ ਫੇਰ ਝੂਠ ਬੋਲਣਾ ਪੈ ਰਿਹਾ। ਕਿਉਂਕਿ ਇੱਕ ਵਾਰ ਤੁਹਾਨੂੰ ਯਾਦ ਹੋਣਾ ਵੀ ਮੋਦੀ ਨੇ ਕਿਹਾ ਸੀ ਵੀ ਸਾਡੇ 1 ਇੰਚ ਵੀ ਜ਼ਮੀਨ ਨਹੀਂ ਦੱਬੀ ਕਿਸੇ ਨੇ, ਵਗੈਰਾ ਵਗੈਰਾ। ਫਿਰ ਬਾਅਦ ਵਿੱਚ ਗ੍ਰਹਿ ਮੰਤਰੀ ਨੂੰ, ਆਪਣੇ ਰੱਖਿਆ ਮੰਤਰੀ ਨੂੰ ਕਹਿਣਾ ਪਿਆ ਕਿ ਵੀ ਚੀਨ ਨੇ ਜਿਹੜਾ ਆਹ ਕੰਮ ਕੀਤਾ ਭਾਈ ਸਾਡਾ, ਗੋਲਮੋਲ ਜੀ ਗੱਲ ਕਰਕੇ ਆਏ ਵੀ ਕਹਿਤਾ ਵੀ ਹਾਂ ਸਾਡੇ ਜਵਾਨ ਮਰੇ ਨੇ, ਸਾਡੇ ਚੀਨ ਨੇ ਆਹ ਕਬਜ਼ਾ ਕੀਤਾ ਹੋਇਆ। ਫਿਰ ਸਮੇਂ ਸਮੇਂ ਤੇ ਵਿਦੇਸ਼ ਮੰਤਰੀ ਭਾਰਤ ਦਾ ਚੀਨ ਜਾਂਦਾ ਰਿਹਾ, ਜਦੋਂ ਉਹ ਵੀ ਕਹਿੰਦਾ ਰਿਹਾ ਵੀ ਦੇਖੋ ਜੀ ਸਾਡੇ ਫਲਾਣੇ ਇਲਾਕੇ 'ਚ ਅਧਿਕਾਰ ਕਰ ਲਿਆ। ਫਿਰ ਮਤਲਬ ਭਾਰਤ ਸਰਕਾਰ ਕਹਿੰਦੀ ਰਹੀ, ਮਤਲਬ ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਕੀ ਹੈ ਤੇ ਉਹਦੀ ਆਪਣੀ ਸਰਕਾਰ ਦਾ ਬਿਆਨ ਕੀ ਸੀਗਾ, ਮਤਲਬ ਦੋਹਾਂ 'ਚ ਫਰਕ ਹੈ। ਸਰਕਾਰ ਇੱਕੋ ਹੀ ਹੈ, ਪ੍ਰਧਾਨ ਮੰਤਰੀ ਵੀ ਉਸ ਸਰਕਾਰ ਦਾ ਮੁਖੀ ਹੈ, ਉਹਦਾ ਬਿਆਨ ਵੱਖਰਾ ਵੀ 1 ਇੰਚ ਵੀ ਕਬਜ਼ਾ ਨਹੀਂ ਕੀਤਾ। ਵਿਦੇਸ਼ ਮੰਤਰੀ ਜਾ ਕੇ ਜਿਹੜਾ ਚੀਕਾ ਮਾਰਦਾ ਫਿਰਦਾ ਬਾਹਰਲੇ ਮੁਲਕਾਂ ਦੇ ਕੋਲ ਵੀ, ਦੇਖੋ ਜੀ ਚੀਨ ਸਾਡੇ ਨਾਲ ਕੀ ਕਰ ਰਿਹਾ। ਰੱਖਿਆ ਮੰਤਰੀ ਵੀ ਕਹਿੰਦਾ ਰਿਹਾ ਕਿ ਸਾਡੀ ਫੌਜ ਦੇ ਜਵਾਨ ਮਾਰੇ ਗਏ ਜੀ ਫਲਾਣੀ ਜਗ੍ਹਾ ਤੇ, ਉੱਥੇ ਚੀਨ ਗੁੰਡਾਗਰਦੀ ਕਰ ਰਿਹਾ। ਤੇ ਉਧਰੋਂ ਚੀਨ ਵੀ ਕਹਿੰਦਾ ਰਿਹਾ ਹਾਂ ਅਸੀਂ ਆਏ ਹਾਂ ਅੱਗੇ। ਤੇ ਹੁਣ ਜਾ ਕੇ ਸਵਾਲ ਇਹ ਹੈਗਾ ਵੀ ਜਿਹੜਾ ਗ੍ਰਹਿ ਮੰਤਰੀ ਧਿਆਨ ਦੇ ਰਿਹਾ ਹੈਗਾ ਉਹ ਫਿਰ ਉਹੀ ਮੋਦੀ ਵਾਲੀ ਲਾਈਨ ਚ ਦੇ ਰਿਹਾ ਹੈਗਾ। ਹੁਣ ਸਵਾਲ ਹੈ ਕਿ ਤੁਹਾਡਾ ਜਿਹੜਾ ਆਪਣਾ ਮੰਤਰੀ ਮੰਡਲ ਉਹੀ ਇੱਕ ਨੀ, ਪ੍ਰਧਾਨ ਮੰਤਰੀ ਕੁਛ ਕਹਿ ਰਿਹਾ, ਗ੍ਰਹਿ ਮੰਤਰੀ ਕੁਛ ਕਹਿ ਰਿਹਾ, ਰੱਖਿਆ ਮੰਤਰੀ ਕੁਛ ਕਹਿ ਰਿਹਾ, ਵਿਦੇਸ਼ ਮੰਤਰੀ ਕੁਛ ਕਹਿ ਰਿਹਾ। ਬੀਤੇ ਦਿਨਾਂ ਦੇ ਵਿੱਚ ਜਿਹੜਾ ਗ੍ਰਹਿ ਮੰਤਰੀ ਹੈ ਉਹਦੇ ਇੱਕ ਬਿਆਨ ਆਇਆ ਸੀਗਾ, ਉਹਨੇ ਦਾਅਵਾ ਕੀਤਾ ਸੀਗਾ ਕਿ ਭਾਰਤ ਦੀ 1 ਇੰਚ ਜ਼ਮੀਨ ਜਿਹੜੀ ਹੈਗੀ ਆ ਉਹ ਚੀਨ ਨੇ ਨਹੀਂ ਦੱਬੀ ਹੈਗੀ। ਕਿਉਂਕਿ ਇਹ ਬਿਆਨ ਸਿੱਧੀ ਜੀ ਗੱਲ, ਚੋਣਾਂ ਕਰਕੇ ਦੇਣਾ ਪੈਣਾ ਸੀ, ਚੋਣਾਂ ਤੁਸੀਂ ਇਹ ਤਾਂ ਨੀ ਕਹਿ ਸਕਦੇ ਵੀ ਚੀਨ ਨੇ ਸਾਡਾ ਇੰਨਾ ਕਬਜ਼ਾ ਕਰ ਲਿਆ। ਫਿਰ ਲੋਕਾਂ ਨੇ ਕਹਿਣਾ ਵਿੱਚ 5 ਇੰਚ ਦੀ ਛਾਤੀ ਕਿੱਥੇ ਆ। ਹੁਣ ਕਹਾਣੀ ਇਹ ਹੈਗੀ ਹੈ ਕਿ ਜਿਹੜੇ ਤੱਥ ਨੇ, ਇਹਨਾਂ ਤੱਥਾਂ ਨੂੰ ਵੀ ਜਦੋਂ ਦਾ ਵਾਇਰ ਵਰਗੇ ਗਰੁੱਪ ਨੇ ਪੜਤਾਲ ਕੀਤੀ ਆ, ਉਹ ਕਹਿੰਦੇ ਕਿ ਸਾਲ 2020 ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਭਾਰਤੀ ਤੇ ਜਿਹੜੀ ਚੀਨੀ ਸੈਨਾ ਦੇ ਵਿਚਕਾਰ ਜਿਹੜੀ ਝੜਪ ਹੋਈ ਸੀ ਉਹਦੇ ਵਿੱਚ 2020 ਦੇ ਤੋਂ ਪਹਿਲਾਂ ਵਾਲੀ ਸਥਿਤੀ ਬਣਾਈ ਰੱਖਣ ਦੇ ਲਈ ਭਾਰਤ ਨੇ ਚੀਨ ਦੇ ਨਾਲ ਘੱਟੋ ਘੱਟ 21 ਦੌਰ ਦੇ ਵਿੱਚ ਕੋਰ ਕਮਾਂਡਰ ਦੀ ਗੱਲਬਾਤ ਕੀਤੀ ਹੈ। ਤੁਹਾਨੂੰ ਯਾਦ ਹੋਣਾ ਇਹ ਆਪਾਂ ਸਾਂਝੀ ਵੀ ਕਰਦੇ ਰਹੇ ਵੀ ਅੱਜ ਭਾਰਤ ਦੇ ਦੀ ਗੱਲਬਾਤ ਚੀਨ ਦੇ ਕੋਰ ਕਮਾਂਡਰ ਦੇ ਵਿਚਕਾਰ ਹੋਈ ਹੈ, ਫਲਾਨਾ ਹੋਈ ਹੈ। ਸੋ ਕੇਂਦਰੀ ਗ੍ਰਹਿ ਮੰਤਰੀ ਨੇ 9 ਅਪ੍ਰੈਲ ਨੂੰ ਇਹ ਬਿਆਨ ਦਿੱਤਾ ਸੀਗਾ। ਉਦੋਂ ਬਾਅਦ ਵਿੱਚ ਫਿਰ ਲੋਕਾਂ ਨੇ, ਕਿਉਂਕਿ ਹਾਲੇ 2-3 ਸਾਲ ਹੀ ਹੋਏ ਨੇ, ਪੁਰਾਣੀ ਘਟਨਾ ਹੈ ਨੀਗੀ, ਲੋਕ ਫਿਰ ਝੱਟ ਫਰੋਲਣ ਲੱਗ ਗਏ ਵੀ ਦੇਖੋ ਜੀ ਆਹ ਫਲਾਣੇ ਮਹੀਨੇ ਆਹ ਗੱਲਬਾਤ ਹੋਈ ਸੀ, ਫਲਾਣੇ ਇਹ ਹੋਈ ਸੀ। ਤੇ ਹੁਣ ਵੱਡੀ ਚੀਜ਼ ਇਹ ਹੈਗੀ ਆ ਕਿ ਚਾਹੇ ਹੋਵੇ ਮੁਲਕ ਦਾ ਗ੍ਰਹਿ ਮੰਤਰੀ, ਚਾਹੇ ਹੋਵੇ ਪ੍ਰਧਾਨ ਮੰਤਰੀ, ਇਹ ਜਦੋਂ ਝੂਠ ਬੋਲਦੇ ਨੇ ਐਂ ਬੋਲਦੇ ਨੇ ਕਿ ਦੁਨੀਆਂ ਦੇ ਹਿੰਦੁਸਤਾਨ ਵੀ ਅਸੀਂ ਆਪਣਾ ਝੂਠ ਵੀ ਹੈ ਪੂਰੀ ਜਿਹਨੂੰ ਗਟਸ ਨਾਲ ਬੋਲਣਾ ਹੈਗਾ ਤੇ ਲੋਕ ਸਾਡਾ ਝੂਠ ਨੂੰ ਵੀ ਸੱਚ ਮੰਨ ਲੈਣਗੇ। ਆਪਣੇ ਕੇਜਰੀਵਾਲ ਤੇ ਅਪਡੇਟ ਆ ਗਈ ਜੀ, ਕਹਿੰਦੇ ਕੇਜਰੀਵਾਲ ਸਾਹਿਬ ਨੇ ਜੇਲ੍ਹ ਮੈਨੂਅਲ ਜਿਹੜਾ ਮੰਗਿਆ ਸੀਗਾ ਤੇ ਉਹ ਪ੍ਰੋਵਾਈਡ ਕਰਵਾ ਦਿੱਤਾ ਗਿਆ। ਤੇ ਕਹਿੰਦੇ ਜੀ ਵੀ ਤੁਸੀਂ ਵੈਸੇ 3 ਕਿਤਾਬਾਂ ਮੰਗੀਆਂ, ਰਮਾਇਣ ਮਹਾਂਭਾਰਤਾ ਤੇ ਇੱਕ ਉਹ ਨੀਰਜਾ ਦੀ ਜਿਹੜੀ ਕਿਤਾਬ ਸੀਗੀ ਹਾਓ ਪ੍ਰਾਈਮ ਮਿਨਿਸਟਰ ਡਿਸਾਈਡ, ਕਹਿੰਦੇ ਇਹ ਮੈਂ ਪੜ੍ਹਨੀ ਹੈ ਤੇ ਬਾਕੀ ਕਹਿੰਦੇ ਜੀ ਮੈਨੂੰ ਕਹਿੰਦੇ TV ਦੇ ਦਿਓ, ਕਹਿੰਦੇ ਪ੍ਰੋਵਾਈਡ ਕਰਤਾ TV ਸੈੱਟ ਸਪੈਸ਼ਲੀ, 20 ਚੈਨਲ ਇਹਨਾਂ ਨੂੰ ਅਲਾਓ ਕੀਤੇ ਆ। ਅਲਾਓ ਹੋਣਗੇ,
ਚੈਨਲ ਤਾਂ ਅੱਜ ਕੱਲ ਹਿੰਦੁਸਤਾਨ ਦੇ ਤਾਂ ਮੈਨੂੰ ਕੋਈ ਵੀ ਨੀ ਪਸੰਦ ਹੈਗਾ, ਮੈਂ ਤਾਂ ਮਤਲਬ ਅੱਜ ਕੱਲ ਟੀਵੀ ਦੇਖਣ ਤੋਂ ਬੜਾ ਪਰਹੇਜ਼ ਕਰਨ ਲੱਗ ਗਿਆ ਦਾਨੀਆਲੀ ਸਾਹਿਬ, ਤੇ ਟੀਵੀ ਚੈਨਲਾਂ ਚ ਯੂਟਿਊਬ ਤੇ ਉਹ ਚੀਜ਼ ਉੱਤੇ ਆਉਂਦੀ ਹੈ ਜਿਹਦਾ ਕੋਈ ਸਿਰ ਧੜ ਨੀ ਹੁੰਦਾ ਗਾ, ਉਹ ਲੋਕ ਆਈ ਸੱਚ ਸਮਝ ਜਾਂਦੇ ਵੀ ਹੈ ਕੀ ਖਬਰ ਕੀ ਹੈ। ਹੁਣ ਤਾਂ ਆਈ ਆਈ ਬੇਚੈਨ ਹੋਏ ਰਹਿੰਦੇ ਵੀ ਅਸਲ ਇਨਫੋਰਮੇਸ਼ਨ ਕੱਢੀਏ ਕਿੱਥੋਂ, ਆਪਣੇ ਵਰਗੇ ਆਪਣੇ ਵਰਗੇ ਕੀ ਕਹਿੰਦੇ ਸਮਝ ਲਓ ਕਨਫਿਊਜ਼ ਹੋ ਜਾਂਦੇ ਆ, ਇਨਫੋਰਮੇਸ਼ਨ ਦੇਣੀ ਮਤਲਬ ਬੜੀ ਨਾ ਮੁਸ਼ਕਿਲ ਹੋ ਜਾਂਦੀ ਹੈ। ਦੇਖੋ ਇਹਦਾ ਸਿੱਧਾ ਦੇਸੀ ਜਿਹਾ ਹਿਸਾਬ ਆ, ਵੈਸੇ ਤਾਂ ਮੈਂ ਕਈ ਵਾਰ ਆਪਣੇ ਸਰੋਤਿਆਂ ਨੂੰ ਦੱਸਿਆ ਹੀ ਹੈ ਕਿ ਹਿੰਦੁਸਤਾਨ ਦੇ ਕੋਈ ਚੈਨਲ ਦੇਖਣ ਵਾਲੇ ਨਹੀਂ ਹੈਗੇ। ਹੁਣ ਤਾਂ ਅੱਗੇ ਤਾਂ ਇੱਕ ਦੋ ਅੰਗਰੇਜ਼ੀ ਵਾਲੇ ਹੁੰਦੇ ਸੀ ਦੇਖਣ ਵਾਲੇ, ਇੱਕ ਹਿੰਦੀ ਵਾਲਾ ਹੁੰਦਾ ਸੀ, ਉਹ ਵੀ ਨਹੀਂ ਰਿਹਾ। ਤੇ ਹੁਣ ਜਦ ਤਾਂ ਤੁਹਾਨੂੰ ਜਿਹੜਾ ਇੰਟਰਨੈਸ਼ਨਲ ਮੀਡੀਆ ਦੇਖਣਾ ਪੈਂਦਾ ਉਹ 'ਚ ਇੰਡੀਆ ਦੀ ਖਬਰ ਓਨੀ ਨਹੀਂ ਆਉਂਦੀ ਹੈਗੀ ਕਿਉਂਕਿ ਸਾਰੀ ਦੁਨੀਆ ਦੀ ਆਉਣੀ ਹੁੰਦੀ ਹੈ। ਹਾਂ ਇੱਕ ਚੀਜ਼ ਹੈਗੀ ਹੈ ਜਿਹੜਾ ਸਾਡਾ ਯੂਟਿਊਬ ਵਾਲਾ ਮੀਡੀਆ ਉਹਦੇ ਵਿੱਚ ਅੰਗਰੇਜ਼ੀ ਹਿੰਦੀ ਦੇਖਣ ਨੂੰ ਮਿਲ ਜਾਂਦਾ ਸੀਗਾ, ਪਰ ਪੰਜਾਬੀ ਦੇ ਉੱਤੇ ਬੜੀ ਤਰਾਸਤੀ ਹੈ ਕਿ ਪੰਜਾਬੀ 'ਚ ਆਪਾਂ ਨੂੰ ਉਸ ਤਰ੍ਹਾਂ ਚੀਜ਼ਾਂ ਨਹੀਂ ਮਿਲਦੀਆਂ, ਉਹ ਥੋੜ੍ਹਾ ਜਿਹਾ ਲੱਭਣੀਆਂ ਪੈਂਦੀਆਂ ਵਾ ਵੀ ਕਿੱਥੋਂ ਲੱਭੀ, ਕਿਉਂਕਿ ਨਾ ਤਾਂ ਹੁਣ ਸਾਡੇ ਕੋਲ ਕੋਈ ਚਾਹੀਦਾ ਕੋਈ ਚੈਨਲ ਰਿਹਾ ਪੰਜਾਬੀ ਦੇ ਵਿੱਚ, ਨਾ ਹੀ ਕੋਈ ਮਾਰਕੇ ਦਾ ਵਾਇਰ ਵਰਗਾ ਜਾਂ ਕੋਈ ਏਦਾਂ ਦਾ ਕੋਈ ਨਿਊਜ਼ ਲਾਂਡਰੀ ਵਰਗਾ ਅਸੀਂ ਸੰਸਥਾਨ ਖੜਾ ਕਰ ਸਕੀਏ ਹਾਂ। ਇਸ ਕਰਕੇ ਸਾਨੂੰ ਫਿਰ ਉਹ ਥੋੜ੍ਹੀ ਆਪ ਮਿਹਨਤ ਕਰਨੀ ਪੈਂਦੀ ਹੈ। ਜੇ ਕੇਜਰੀਵਾਲ ਕਹਿ ਰਿਹਾ ਕਿ ਮੈਨੂੰ 20 ਚੋਂ 20 ਚੈਨਲ ਕੋਈ ਪਸੰਦ ਨਹੀਂ, ਮੇਰੇ ਖਿਆਲ ਮੈਂ ਉਹਦੇ ਨਾਲ ਸਹਿਮਤ ਹਾਂ ਵੀ ਨਹੀਂ ਹੈਗੇ, ਦੇਖਣ ਯੋਗੀ ਨਹੀਂ ਭਾਰਤ ਦੇ ਚੈਨਲ। ਕਾਲ ਲੈ ਲਈਏ ਜੀ, ਕਾਲ ਆਈ ਹੈ, ਸਤਿ ਸ੍ਰੀ ਅਕਾਲ ਜੀ, ਆਉਣੇ ਰਹੋ। ਹਾਂਜੀ ਸਤਿ ਸ੍ਰੀ ਅਕਾਲ ਭਾਈ ਦੋਨੇ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਆਪਣੇ ਭਾਜੀ ਆਵਾਜ਼ ਕੱਟ ਕੱਟ ਕੇ ਆ ਰਹੀ, ਚੱਕਰ ਕੀ ਹੈ? ਕੋਈ ਦੇਖੋ ਮਾੜਾ ਜਿਹਾ ਸਿਸਟਮ ਚੈੱਕ ਕਰੋ, ਜਿੱਦਾਂ ਕੱਟ ਕੇ ਨਾ ਦੁਬਾਰਾ ਆਵਾਜ਼ ਆਉਂਦੀ, ਵਿੱਚ ਕੱਟ ਹੋ ਜਾਂਦੀ, ਵਿੱਚ ਦੁਬਾਰਾ ਆਵਾਜ਼। ਤੁਹਾਡੇ ਨੈਟਵਰਕ ਦੀ ਪ੍ਰੋਬਲਮ ਨਾ ਹੋਵੇ ਬਾਈ ਜੀ, ਸਾਡੇ ਕਿੰਨੀ ਉਹ ਠੀਕ ਜਾ ਰਹੀ। ਨਹੀਂ ਨਹੀਂ ਮੈਂ ਤਾਂ ਕਾਲ ਡਾਇਲ ਟੇ ਲਿਸਨ ਤੇ ਸੁਣ ਰਿਹਾ। ਹਾਂ ਹਾਂ, ਉਹ ਡਾਇਲ ਟੇ ਲਿਸਨ ਫਿਰ ਐਂ ਕਰੋ ਥੋੜਾ ਜਿਹਾ, ਉਹ ਕਈ ਵਾਰੀ ਉਹਨਾਂ ਦਾ ਸਰਵਰ ਜੈਨੂ ਵਾਲਿਆਂ ਦਾ ਤੰਗ ਕਰਨ ਲੱਗ ਪੈਂਦਾ ਜੀ, ਨਿਊਯਾਰਕ ਵਾਲਿਆਂ ਦਾ। ਤੁਸੀਂ ਐਪ ਤੇ ਦੇਖੋ, ਐਪ ਤੇ ਸੁਣੇ ਥੋੜਾ ਜਿਹਾ, ਨਿਊਯਾਰਕ ਦੀ ਕੰਪਨੀ ਹੈ ਨਾ ਜੈਨੋ ਰੇਡੀਓ, ਉਹਨਾਂ ਦਾ ਕਈ ਵਾਰੀ ਪ੍ਰੋਬਲਮ ਦਿੰਦਾ ਜੀ, ਇਹ ਬਹੁਤ ਤੰਗ ਕਰ ਰਹੀ ਆ ਉਹ। ਠੀਕ ਹੈ ਜੀ, ਡਾਇਲ ਟੂ ਲਿਸਨ ਕਈ ਵਾਰੀ ਠਿੱਠ ਕਰਨ ਲੱਗ ਪੈਂਦਾ ਉਹਨਾਂ ਦਾ ਸਰਵਰ ਜੀ। ਜੀ ਜੀ, ਆਪਾਂ ਗੱਲ ਨੂੰ ਅੱਗੇ ਲੈ ਕੇ ਚੱਲੀਏ, ਚਲੋ ਫੀਡਬੈਕ ਵੀ ਆ ਜਾਂਦੀ ਹੈ। ਹਾਂ ਬਿਲਕੁਲ ਬਿਲਕੁਲ, ਸੋ ਉਹ ਤਾਂ ਗੱਲ ਇਹ ਹੈਗੀ ਹੈ ਕਿ ਉਹ ਇਹ ਕੱਲ੍ਹ ਨਾ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਖਬਰ ਦੇ ਰਹੀ, ਸੰਜੇ ਸਿੰਘ ਜੀ ਉਹ ਕਹਿ ਰਿਹਾ ਸੀਗਾ ਕਿ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਵੀ ਜਿਹੜੀਆਂ ਸਹੂਲਤਾਂ ਮਿਲਣੀਆਂ ਉਹ ਵੀ ਨਹੀਂ ਮਿਲਣਾ, ਉਸ ਇਹਨਾਂ ਚੀਜ਼ਾਂ ਉੱਤੇ ਉਹ ਗੱਲ ਕਰ ਰਿਹਾ ਸੀਗਾ। ਹੁਣ ਮਤਲਬ ਉਹਦੀ ਅਪਡੇਟ ਆ ਗਈ ਵੀ ਉਹਨੂੰ ਜੇਲ੍ਹ ਦੇ ਵਿੱਚ ਜਿਹੜੇ ਕੁਛ ਜਿਹੜੀਆਂ ਕੈਦੀਆਂ ਨੂੰ ਤੁਸੀਂ ਦਿੰਦੇ ਹੋ ਰਾਇਤ ਦਿੰਦੇ ਹੋ, ਖਾਸ ਕਰਕੇ ਜਿਹੜੇ ਸਿਆਸੀ ਕੈਦੀ ਨੇ, ਪੋਲੀਟੀਕਲ ਪ੍ਰਿਜ਼ਨਰਸ ਹੁੰਦੇ ਨੇ, ਉਹਦੇ ਤਹਿਤ ਉਹਨੂੰ ਇਹ ਮਿਲਣਗੀਆਂ। ਤੇ ਹੁਣ ਦੇਖਦੇ ਹਾਂ ਉਦੋਂ ਬਾਅਦ ਵਿੱਚ ਅੱਗੇ ਕੀ ਹੁੰਦਾ ਹੈਗਾ। ਪਰ ਇੱਕ ਹੋਰ ਖਬਰ ਸਾਡੇ ਕੋਲ ਆ ਰਹੀ ਹੈਗੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਚੁਣਾਵੀ ਮੁੱਦਿਆਂ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਪ੍ਰਮੁੱਖ ਮੁੱਦਾ, 55% ਲੋਕਾਂ ਨੇ ਮੰਨਿਆ ਕਿ ਪਿਛਲੇ 5 ਸਾਲਾਂ ਦੇ ਵਿੱਚ ਭ੍ਰਿਸ਼ਟਾਚਾਰ ਵਧਿਆ ਹੈਗਾ। ਇਹ ਇੱਕ ਜਿਹੜਾ CFTS ਨੇ ਜਿਹੜਾ ਹੈਗਾ ਇੱਕ ਸਰਵੇ ਕੀਤਾ, ਉਹ ਸਰਵੇ ਦੇ ਵਿੱਚ ਆਇਆ ਕਿ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ, ਪਰ ਹੁਣ ਇਹ ਬੇਰੁਜ਼ਗਾਰੀ ਵੱਡੇ ਮੁੱਦੇ ਦੇ ਉੱਤੇ ਲੋਕ ਪਹਿਲੀ ਗੱਲ ਤਾਂ ਡਿਬੇਟ ਹੁੰਦੀ ਹੈ ਕਿ ਨਹੀਂ ਹੁੰਦੀ, ਲੋਕਾਂ ਨੂੰ ਪਤਾ ਲੱਗਦਾ ਵੀ ਇਹ ਮੁੱਦਾ ਹੈ ਵੀ ਕਿ ਨਹੀਂ ਹੈ, ਇਹ ਵੀ ਤਾਂ ਇੱਕ ਵੇਖਣ ਵਾਲੀ ਗੱਲ ਹੈ। ਕਿਉਂਕਿ ਜਿੰਨੀ ਦੇਰ ਇਹਦੀ ਡਿਬੇਟ ਨਹੀਂ ਹੁੰਦੀ, ਉਨੀ ਦੇਰ ਇਹ ਮੁੱਦਾ ਜਿਹੜਾ ਲੋਕ ਮੁੱਦਾ ਨਹੀਂ ਬਣਦਾ ਗਾ, ਕਾਗਜ਼ੀ ਮੁੱਦਾ ਬਣ ਕੇ ਰਹਿ ਜਾਂਦਾ। ਉਹਦੇ ਵਿੱਚ ਵੀ ਦੋ ਢੰਗ ਹੈ ਨਾ, ਬੜੇ ਬੜਾ ਸਿੰਪਲ ਜਿਹਾ ਮੈਂ ਜਿਵੇਂ ਦੱਸਦਾ ਤੁਹਾਨੂੰ, ਜਿਵੇਂ ਕਿ
ਦਿੱਲੀ ਦੇ ਵਿੱਚ ਕੱਲ ਮੈਂ ਐਕਚੁਅਲੀ ਦਿੱਲੀ ਆਇਆ ਹਾਂ, ਕੱਲ ਦਾ ਮੈਂ ਦਿੱਲੀ ਹਾਂ। ਉਹਦੇ ਵਿੱਚ ਇੱਕ ਮੇਰਾ ਦੋਸਤ ਜਰਨਲਿਸਟ ਦੱਸਿਆ ਸੀ, ਕਹਿੰਦਾ ਵੀ ਅਸੀਂ ਇੱਕ ਸਰਵੇ ਕੀਤਾ ਦਿੱਲੀ ਦੇ ਵਿੱਚ, ਅਸੀਂ ਇੱਕ ਔਰਤ ਨੂੰ ਫੜਿਆ, ਉਹਨੂੰ ਪੁੱਛਿਆ ਵੀ ਹਾਂ ਵੀ ਦਿੱਲੀ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਹੈਗਾ ਵੀ ਵੋਟ ਕਿਹਨੂੰ ਪਾਉਣੀ ਹੈ। ਉਹ ਕਹਿੰਦੀ ਮੈਂ ਤਾਂ ਹਿੰਦੂ ਹਾਂ, ਮੈਂ ਤਾਂ ਬੀਜੇਪੀ ਨੂੰ ਪਾਉਂਗੀ। ਉਹ ਕਹਿੰਦੀ ਵੀ ਹਿੰਦੂ ਥੋੜੋ ਬੀਜੇਪੀ ਦੇ ਨਾਲ, ਹਿੰਦੂਆਂ ਦਾ ਕੀ ਸੰਬੰਧ ਹੋਇਆ, ਕਿਉਂਕਿ ਨਾ ਮੋਦੀ ਜੀ ਹਿੰਦੂ ਸਮਰਾਟ ਨੇ ਵਗੈਰਾ ਵਗੈਰਾ। ਅੱਛਾ ਫਿਰ ਦਿੱਲੀ ਦੇ ਵਿੱਚ ਵੀ ਤੈਨੂੰ ਬੱਸ ਦੀ ਸੁਵਿਧਾ ਮਿਲਦੀ ਹੈਗੀ ਹੈ, ਫ੍ਰੀ ਬੱਸ ਦੀ ਸੁਵਿਧਾ ਮਿਲਦੀ ਹੈ। ਕਹਿੰਦੀ ਹਾਂ ਇਹ ਤਾਂ ਬਹੁਤ ਵਧੀਆ ਹੈਗੀ ਹੈ, ਬਿਜਲੀ ਵੀ ਬੜੀ ਵਧੀਆ ਹੈਗੀ ਹੈ, ਉਸ ਮਾਮਲੇ 'ਚ ਕੇਜਰੀਵਾਲ ਠੀਕ ਹੈਗਾ। ਅੱਛਾ ਫਿਰ ਮੁੰਡਾ ਤੇਰਾ ਨੌਕਰੀ ਕੀ ਕਰਦਾ, ਕੁੜੀ ਕੀ ਕਰਦੀ ਹੈ? ਨਹੀਂ ਮੁੰਡਾ ਹਾਲੇ ਬੇਰੁਜ਼ਗਾਰੀ ਹੈ। ਫਿਰ ਆਹ ਬੇਰੁਜ਼ਗਾਰੀ ਵੀ ਕਿਤੇ ਆਏ ਨੀ ਲੱਗਦਾ ਵੀ ਇਹ ਮੋਦੀ ਜੀ ਕਰਕੇ? ਨਾ ਨਾ ਮੋਦੀ ਜੀ ਕਰਕੇ ਨੀ ਹੈਗੀ, ਉਹ ਕਹਿੰਦਾ ਵੀ ਇਹਦਾ ਕਾਰਨ ਕੀ ਹੈ ਕਿ ਉਹ ਰਿਐਲਿਟੀ ਨੂੰ ਵੀ ਸਮਝ ਰਹੀ ਹੈ, ਪਰ ਜਦੋਂ ਉਹਦੇ ਲਈ ਸ਼ਰਧਾ ਜਾਂ ਫਿਰ ਜਿਹੜਾ ਮੀਡੀਆ ਵੱਲੋਂ ਫੈਲਾਇਆ ਜਾ ਰਿਹਾ ਜਿਹੜਾ ਤਾਣਾ ਬਾਣਾ ਉਹ ਮੂਹਰੇ ਆਉਂਦਾ, ਉਦੋਂ ਫਿਰ ਉਹਨੂੰ ਮੋਦੀ ਯਾਦ ਆਉਂਦਾ ਹੈਗਾ। ਸੋ ਇਸੇ ਕਰਕੇ ਲੋਕਾਂ ਨੂੰ ਜਦੋਂ ਇੱਦਾਂ ਸਰਵੇ ਹੁੰਦੇ ਨੇ ਵੀ ਤੁਹਾਡੀ, ਹਾਂ ਭਾਈ ਤੁਹਾਡਾ ਮੂਲ ਮੁੱਦਾ ਬੇਰੁਜ਼ਗਾਰੀ ਹੈਗਾ ਕਿ ਨਹੀਂ ਹੈਗਾ, ਤੇ ਤੁਹਾਡੇ ਬੱਚੇ ਸੈੱਟ ਨੇ ਕਿ ਨਹੀਂ, ਉਹ ਤਾਂ ਕਹਿੰਦੇ ਨੇ ਕਿ ਹਾਂ ਭਾਈ ਬੱਚੇ ਸਾਡੇ ਸੈੱਟ ਨਹੀਂ, ਆਹ ਦਿੱਕਤ ਆ ਰਹੀ ਹੈ। ਫਿਰ ਜਦੋਂ ਆਉਣ ਤਾਂ ਫਿਰ ਵੋਟ ਕਿਹਨੂੰ ਪਾਉਣੀ ਹੈ? ਫਿਰ ਇੱਕਦਮ ਜਾ ਕੇ ਜਿਹੜਾ ਗੋਦੀ ਮੀਡੀਆ ਨੇ ਜਾਂ ਤੁਹਾਡਾ ਆਪਣਾ ਵਟਸਐਪ ਯੂਨੀਵਰਸਿਟੀ ਤੁਹਾਨੂੰ ਫੈਲਾਉਂਦੀ ਹੈ ਸਾਰਾ ਕੁਛ, ਫਿਰ ਕਹਿੰਦੇ ਕਿ ਨਹੀਂ ਨਹੀਂ ਵੋਟ ਤਾਂ ਉੱਥੇ ਹੀ ਪਾਉਣੀ ਹੈ। ਤੇ ਤੁਸੀਂ ਦੇਖੋ ਕਿ ਪਿਛਲੀਆਂ ਚੋਣਾਂ 'ਚ ਇੱਕ ਨਾਰਾ ਰਿਹਾ ਜਿਹੜਾ ਕਿ ਬੀਜੇਪੀ ਨੇ ਦਿੱਤਾ ਕਿ ਸਾਨੂੰ ਰੁਜ਼ਗਾਰ ਨਹੀਂ ਚਾਹੀਦਾ ਪਰ ਅਸੀਂ ਦੇਸ਼ ਹਿੱਤ ਲਈ ਸਾਨੂੰ ਸਰਕਾਰ ਚਾਹੀਦੀ। ਹੁਣ ਸਵਾਲ ਹੈਗਾ ਵੀ ਦੇਸ਼ ਹਿੱਤ ਤਾਂ ਉਹੀ ਹੁੰਦਾ ਨਾ ਜੇ ਸਾਨੂੰ ਰੁਜ਼ਗਾਰ ਮਿਲੇ, ਸਾਨੂੰ ਪੜ੍ਹਾਈ ਮਿਲੇ, ਐਜੂਕੇਸ਼ਨ ਮਿਲੇ। ਇਹ ਕਹਿੰਦੇ ਕਿ ਨਹੀਂ, ਦੇਸ਼ ਹਿੱਤ ਕਿਹੜਾ ਹੈਗਾ? ਜਿਹੜਾ ਬੀਜੇਪੀ ਜਾਂ ਮੋਦੀ ਪ੍ਰਭਾਸ਼ਿਤ ਕਰੂਗਾ। ਮਤਲਬ ਉਹ ਬੀਜੇਪੀ ਹੁਣ ਖੁਦ ਜਾ ਕੇ ਏਜੰਡਾ ਤੈਅ ਕਰ ਰਹੀ ਹੈ ਲੋਕਾਂ ਲਈ ਵੀ ਤੁਹਾਨੂੰ ਤੁਹਾਡਾ ਏਜੰਡਾ ਹੋਵੇਗਾ ਕਿਹੜਾ, ਵੀ ਨਾ ਰੁਜ਼ਗਾਰ ਤੁਹਾਡਾ ਮੁੱਦਾ ਨੀ, ਪੜ੍ਹਾਈ ਐਜੂਕੇਸ਼ਨ ਤੁਹਾਡਾ ਮੁੱਦਾ ਨੀ, ਤੁਹਾਡਾ ਮੁੱਦਾ ਕਿ ਫਲਾਣੇ ਧਰਮ ਨੂੰ ਸਮਝ ਸਿਖਾਉਣਾ। ਰਾਸ਼ਟਰ ਹਿੱਤ ਕਿਹੜਾ? ਰਾਸ਼ਟਰ ਹਿੱਤ ਇਹੀ ਹੈ ਵੀ ਹਿੰਦੂ ਇੱਕ ਖਾਸ ਧਰਮ ਆ, ਉਹਦੀ ਜੈ ਜੈਕਾਰ ਹੋਵੇ। ਹੁਣ ਸਾਨੂੰ ਵੀ ਪਤਾ ਵੀ ਕਿੰਨੀ ਕੁ ਜੈ ਜੈਕਾਰ ਹੋ ਰਹੀ ਹੈ ਵੀ ਕੀ ਸਾਰਾ ਹਿੰਦੂ ਭਾਈਚਾਰਾ ਜਿਹੜਾ ਹੈ ਉਹ ਮੋਦੀ ਦੇ ਰਾਜ ਦੇ ਵਿੱਚ ਰੱਜ ਕੇ ਰੋਟੀ ਖਾ ਰਿਹਾ, ਖੁਸ਼ ਹੈ, ਉਹ ਤਾਂ ਹੈ ਨਹੀਂ ਆਪਾਂ ਨੂੰ ਪਤਾ ਹੈਗਾ। ਹੋਰ ਜੈ ਜੈਕਾਰ ਪਤਾ ਨੀ ਕਿਹੜੀ ਹੈਗੀ ਆ ਵੀ ਹਾਂ ਉਹ ਇਸ ਨੂੰ ਜੈ ਜੈਕਾਰ ਮੰਨੀ ਜਾਂਦੀ ਹੈ ਕਿ ਫਲਾਣੇ ਜਿਹੜਾ ਧਰਮ ਦਾ ਬੰਦਾ ਉਹ ਤੰਗ ਹੋਵੇ। ਹੁਣ ਇਹ ਵੀ ਨੀ ਪਤਾ ਵੀ ਮੰਨ ਲਓ ਕਿ ਜਿਹੜਾ ਬੰਦੇ ਨੂੰ ਸਿਖਾਇਆ ਜਾ ਰਿਹਾ ਕਿ ਫਲਾਣੇ ਧਰਮ ਵਾਲੇ ਖਤਰਨਾਕ ਹੈ ਤੇ ਉਹਨੂੰ ਮੋਦੀ ਜੀ ਸਬਕ ਸਿਖਾਉਣਗੇ, ਉਹਨੂੰ ਉਹਦੇ ਜੇ ਤੁਸੀਂ ਫੋਨ ਖੋਲ ਕੇ ਦੇਖੋ ਨਾ ਉਹਦੇ ਫੋਨ ਵਿੱਚ ਚਾਰ ਮੁਸਲਮਾਨਾਂ ਦੇ ਜਿਹੜੇ ਹੈਗੇ ਆ ਫੋਨ ਨੰਬਰ ਨੀ ਹੋਣੇ, ਉਹਨਾਂ ਨੇ ਕਦੇ ਵਰਤ ਕੇ ਹੀ ਨੀ ਦੇਖਿਆ। ਫਿਰ ਵੀ ਜਿਹੜਾ ਉਹਨੂੰ ਦੱਸਿਆ ਜਾ ਰਿਹਾ ਵੀ ਇਹ ਭਾਈਚਾਰਾ ਤੇਰੇ ਲਈ ਖਤਰਨਾਕ ਹੈ, ਜਿਹਨੇ ਉਹਨੇ ਕਦੇ ਵਰਤਿਆ ਵੀ ਨੀ ਹੈਗਾ ਉਸ ਭਾਈਚਾਰੇ ਦਾ। ਨਾਲ ਰਹੇ ਨਹੀਂ, ਹੋਰ ਨਹੀਂ ਕੀਤਾ, ਕਾਲ ਲੈਂਦੇ ਜੀ ਇੱਕ ਫਿਰ ਅੱਗੇ ਚੱਲਾਂਗੇ। ਸਤਿ ਸ੍ਰੀ ਅਕਾਲ ਜੀ, ਆਉਂਦੇ ਰਹੋ। ਜੀ ਓਕੇ ਜੀ, ਇੱਕ ਤਾਂ ਜੀ ਜਿਹੜੀ ਬਾਈ ਦੀ ਕਾਲ ਆਈ ਸੀ ਵੀ ਵਾਟਸਐਪ ਐਪ 'ਚ ਤਾਂ ਬਿਲਕੁਲ ਠੀਕ ਆ ਰਹੀ ਹੈ, ਹੋ ਸਕਦਾ ਉਹਨਾਂ ਦੇ ਪ੍ਰੋਬਲਮ ਹੋਵੇ। ਇੱਕ ਸੀ ਜਿਵੇਂ ਆਪਾਂ ਕਹਿੰਦੇ ਬਾਕੀ ਸਟੇਟਾਂ ਦੇ ਵਿੱਚ ਕਾਂਗਰਸ ਦਾ ਤੇ ਇਹਨਾਂ ਦਾ ਆਮ ਆਦਮੀ ਵਾਲਿਆਂ ਦਾ ਸਮਝੌਤਾ ਹੋਇਆ ਰਿਹਾ, ਜਿਵੇਂ ਗੁਪਤ ਰੂਪ ਦੇ ਵਿੱਚ ਅੱਗੇ ਆਪਾਂ ਕਹਿੰਦੇ ਪਿਛਲੀ ਵਾਰੀ ਇਹਨਾਂ ਨੇ ਮਾਨ ਦੀ ਹੈਲਪ ਕੀਤੀ ਆ ਵੀ ਕਾਂਗਰਸ ਨੇ ਵੀ ਵੋਟਾਂ ਪਵਾਉਣ ਦੀਆਂ, ਹੁਣ ਤੁਹਾਨੂੰ ਲੱਗਦਾ ਵੀ ਹੁਣ ਵੀ ਕਿਤੇ ਏਦਾਂ ਦਾ ਕਰ ਸਕਦੇ ਮਾਨ ਨੂੰ ਹਰਾ ਸਕਦੇ ਆ ਜਾਂ ਆਮ ਆਦਮੀ ਨੂੰ ਜਿਤਾਉਣ ਵਾਸਤੇ ਪੰਜਾਬ 'ਚ ਟਿੱਬੀ ਲਾ ਸਕਦੇ ਆ ਜਾਂ ਅਮੀਰ ਵਾਲਿਆਂ ਨੂੰ, ਤੇ ਨਹੀਂ ਲੱਗਦਾ ਇਸ ਵੇਲੇ ਤਾਂ ਪਤਾ ਕਰਨਾ ਜੀ। ਮਿਲ ਕੇ ਖੇਡ ਲਈਏ ਜਿਵੇਂ ਆਮ ਅਕਸਰ ਕਰ ਦਿੰਦੇ ਵੀ ਵਿਨਿੰਗ ਸੀਟ ਕੱਢ ਲਓ। ਦੇਖੋ ਮੇਰੀ ਗੱਲ, ਮੈਨੂੰ ਇਹ ਲੱਗਦਾ ਹੈਗਾ ਦੇਖੋ ਕੱਲੇ ਪੰਜਾਬ ਚ ਨੀ ਬਲਕਿ ਹੋਰ ਵੀ ਕਈ ਸਟੇਟ ਨੇ ਜਿੱਥੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਨਹੀਂ ਹੋਇਆ, ਜਿਵੇਂ ਕੇਰਲ ਵਿੱਚ ਨਹੀਂ ਹੋਇਆ, ਬੰਗਾਲ ਦੇ ਵਿੱਚ ਨਹੀਂ ਹੋਇਆ ਹੈਗਾ, ਤੇ ਕਿਉਂਕਿ ਉਹਦਾ ਕਾਰਨ ਹੈ ਕਿ ਉੱਥੇ ਦੀਆਂ ਪ੍ਰਸਥਿਤੀਆਂ ਹੋਰ ਨੇ, ਇੱਥੇ ਜਿਹੜੀਆਂ ਕਿਉਂਕਿ ਇੰਡੀਆ ਅਲਾਇੰਸ ਦੀਆਂ ਧਿਰਾਂ ਨੇ ਉਹੀ ਖੁਦ ਮੁਕਾਬਲੇ ਵਿੱਚ ਨੇ।
ਚਾਹੇ ਪੰਜਾਬ ਦੇ ਵਿੱਚ ਹਾਲ ਦੀ ਘੜੀ ਆਪਾਂ ਨੂੰ ਪਤਾ ਵੀ ਮੁਕਾਬਲਾ ਆਪ ਤੇ ਕਾਂਗਰਸ ਵਿਚਕਾਰ ਹੀ ਆ, ਅੱਗੇ ਜਾ ਕੇ ਕੀ ਸਮੀਕਰਨ ਬਣ ਜਾਏ ਸਾਨੂੰ ਨੀ ਪਤਾ ਹੈਗਾ ਹਾਲ ਦੀ ਘੜੀ ਜੇ ਆਪਾਂ ਦੇਖੀਏ ਤਾਂ। ਤੇ ਇਦੂ ਬਿਨਾਂ ਕੇਰਲ ਦੇ ਵਿੱਚ ਸਿੱਧੀ ਜੀ ਗੱਲ ਕਮਿਊਨਿਸਟਾਂ ਤੇ ਕਾਂਗਰਸ ਦੇ ਵਿਚਕਾਰ ਹੀ ਮੁਕਾਬਲਾ ਹੈਗਾ, ਉੱਥੇ ਵੀ ਇਸ ਆਹਮੋ ਸਾਹਮਣੇ ਇੰਡੀਆ ਅਲਾਇੰਸ ਖੜਾ ਹੈਗਾ ਤੇ ਬੰਗਾਲ ਦੇ ਵਿੱਚ ਵੀ ਲਗਭਗ ਇੰਡੀਆ ਅਲਾਇੰਸ ਤੋਂ ਇਕੱਠਾ ਹੋ ਕੇ ਨਹੀਂ ਲੜ ਰਹੇ। ਹਾਲਾਂਕਿ ਉੱਥੇ ਮੈਂ ਇਹ ਤਾਂ ਨੀ ਮੈਂ ਕਹਿ ਸਕਦਾ ਵੀ ਮੁਕਾਬਲਾ ਇਹਨਾਂ ਦੇ ਵਿਚਕਾਰ ਹੀ ਹੈ, ਮੁਕਾਬਲਾ ਤਾਂ ਬੀਜੇਪੀ ਨਾਲ ਆ, ਪਰ ਉੱਥੇ ਇਹਨਾਂ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਕੁਛ ਹੋਰ ਸੀਗੀਆਂ, ਕਿਉਂਕਿ ਕਮਿਊਨਿਸਟ ਚਾਹੁੰਦੇ ਸੀਗੇ ਵੀ ਸਾਡੀ ਸਾਨੂੰ ਇੰਨੀ ਸੀਟ ਮਿਲੇ ਵੀ ਅਸੀਂ ਹਾਲੇ ਵੀ ਪਾਵਰ ਦੇ ਵਿੱਚ ਤਕੜੇ ਹੈਗੇ ਹਾਂ, ਤੇ ਮਮਤਾ ਬੈਨਰਜੀ ਦੀ ਆਪਣੀ ਜਿੱਤ ਸੀ ਤੇ ਇਹਨਾਂ ਦੀ ਪੁਰਾਣਾ ਇਤਿਹਾਸਕ ਘਾਟੋ ਕਲੇਸ਼ ਵੀ ਹੈਗਾ। ਸੋ ਇਸ ਕਰਕੇ ਇੱਕ ਤਾਂ ਇਹ ਚੀਜ਼ ਹੈਗੀ ਹੈ ਵੀ ਇਕੱਲਾ ਪੰਜਾਬ ਨੀ, ਬਹੁਤੇ ਲੋਕ ਕਹਿੰਦੇ ਵੀ ਪੰਜਾਬ ਚ ਇਹ ਜੀ ਦੇਖੋ ਅਲੱਗ ਅਲੱਗ ਲੜਦੇ ਨੇ, ਬਾਕੀ ਕਿਤੇ ਇਕੱਠੇ ਨਾ ਹੋ, ਕੁਝ ਹੋਰ ਵੀ ਨੇ ਜਿੱਥੇ ਅਲੱਗ ਅਲੱਗ ਲੜ ਰਹੇ ਹੈਗੇ ਨੇ, ਨੰਬਰ ਇੱਕ। ਨੰਬਰ ਦੋ ਕਿ ਇਹ ਇੱਕ ਗੱਠਬੰਧਨ ਨਹੀਂ ਹੈਗਾ, ਇਹਨੂੰ ਸਮਝੋ, ਇਹ ਇੱਕ ਜਿਹੜਾ ਅਲਾਇੰਸ ਬਣਿਆ ਹੋਇਆ ਇਹ ਮਿਨੀਮਮ ਪ੍ਰੋਗਰਾਮ ਦੇ ਉੱਤੇ ਬਣਿਆ ਹੋਇਆ ਹੈਗਾ। ਜਿਹੜਾ ਪੂਰਾ ਗੱਠਬੰਧਨ ਹੁੰਦਾ ਉਹ ਹੁੰਦਾ ਵੀ ਅਸੀਂ ਵਿਧਾਨ ਸਭਾ ਵੀ ਇਕੱਠੇ ਲੜਨੀ ਹੈ, ਲੋਕ ਸਭਾ ਵੀ ਇਕੱਠੇ ਲੜਨੀ ਹੈ। ਇਹ ਲੋਕ ਸਭਾ ਲਈ ਬਣਿਆ ਹੋਇਆ, ਘੱਟੋ ਘੱਟ ਮਿਨੀਮਮ ਮੁੱਦਿਆਂ ਤੇ ਬਣਿਆ ਹੋਇਆ ਵੀ ਭਾਈ ਅਸੀਂ ਜਿਹੜਾ ਇਸੇ ਕਰਕੇ ਜਿਹੜਾ ਮੁਲਕ ਦੇ ਲੋਕਤੰਤਰ ਨੂੰ ਬਚਾਉਣਾ, ਜਿਹੜਾ ਬੀਜੇਪੀ ਦਾ ਜਿਹੜਾ ਉਹ ਹੈ ਤਾਨਾ ਸ਼ਾਹੀ ਰਵੱਈਆ ਜਾਂ ਫਿਰਕਾ ਪ੍ਰਸਤੀ, ਇਹਦੇ ਵਿਰੁੱਧ ਅਸੀਂ ਇਕੱਠੇ ਹੋਏ ਹੋਏ ਹਾਂ। ਇਹਦੇ ਵਿੱਚ ਕੀ ਹੈ ਵੀ ਅਸੀਂ ਵੱਧ ਤੋਂ ਵੱਧ ਸੀਟ ਉੱਤੇ ਇਕੱਠੇ ਹੋਣਾ ਹੈਗਾ, ਜਿਵੇਂ ਉਹ ਉਹਨਾਂ ਨੇ ਪਹਿਲਾਂ ਕਿਸੇ ਵੀ 400 ਸੀਟਾਂ ਉੱਤੇ ਇਕੱਠੇ ਹੋਣਾ ਉਹ ਲੜਦਾ। ਇਹਦਾ ਮਤਲਬ ਕੀ ਹੈ ਜੇ 543 ਵਿੱਚੋਂ ਇਹ ਖੁਦ ਕਹਿ ਰਹੇ ਨੇ ਵੀ ਅਸੀਂ 400 ਤੇ ਇਕੱਠੇ ਹੋਣਾ, ਇਹਨਾਂ ਨੂੰ ਵੀ ਪਤਾ ਵੀ ਘੱਟੋ ਘੱਟ 100 ਤੋਂ ਉੱਪਰ ਇਹੋ ਜਿਹੀ ਸੀਟ ਹੈਗੀ ਹੈ ਜਿੱਥੇ ਅਸੀਂ ਇਕੱਠੇ ਨਹੀਂ ਹੋ ਸਕਦੇ, ਉੱਥੇ ਜਿਹੜਾ ਹੈਗਾ ਉੱਥੇ ਉਸ ਖਿੱਤੇ ਦਾ ਸੁਭਾਅ ਹੋਰ ਤਰ੍ਹਾਂ ਦਾ ਹੈਗਾ। ਇਸ ਲਈ ਇਹ ਕਾਫੀ ਪ੍ਰੈਕਟੀਕਲ ਹੈਗੇ ਨੇ ਇਸ ਮਾਮਲੇ ਉੱਤੇ। ਹੁਣ ਮਸਲਾ ਵੀ ਆ ਜਾਂਦਾ ਇਹਨਾਂ ਦਾ ਸਵਾਲ ਸੀ ਵੀ ਕੀ ਜਿਹੜਾ ਆਮ ਆਦਮੀ ਪਾਰਟੀ ਆ ਉਹ ਇਹਦੇ ਮਾਮਲੇ 'ਚ ਇਮਾਨਦਾਰ ਰਹੇਗੀ ਕਿ ਨਹੀਂ ਰਹੇਗੀ ਇੰਡੀਆ ਅਲਾਇੰਸ ਦੇ ਮਾਮਲੇ 'ਚ। ਮੈਨੂੰ ਵੀ ਹਾਲੇ ਸ਼ੱਕ ਆ ਵੀ ਚੋਣਾਂ ਤੋਂ ਬਾਅਦ ਉਹਦਾ ਕੀ ਹੋਏਗਾ, ਕਿਉਂਕਿ ਹਾਲ ਦੀ ਘੜੀ 'ਚ ਉਹਨਾਂ ਨੂੰ ਫਾਇਦਾ ਹੀ ਹੋ ਰਿਹਾ ਨਾ। ਦੇਖੋ ਪਿਛਲੀ ਵਾਰ ਉਹਨਾਂ ਨੇ ਕੁੱਲ ਸਿਰਫ ਇੱਕ ਸੀਟ ਸੀਗੀ ਪੰਜਾਬ ਦੇ ਵਿੱਚ ਸੰਗਰੂਰ ਵਾਲੀ ਜਿੱਤੀ ਹੋਈ, ਜਿਹੜੀ ਕਿ ਬਾਈ ਇਲੈਕਸ਼ਨ ਦੇ ਵਿੱਚੋਂ ਹਾਰ ਗਈ, ਚਲੋ ਬਾਅਦ ਵਿੱਚ ਜਲੰਧਰ 'ਚੋਂ ਜਿੱਤ ਗਏ। 2014 ਦੇ ਵਿੱਚ ਉਹਨਾਂ ਨੇ ਸਿਰਫ 4 ਸੀਟਾਂ ਜਿੱਤੀਆਂ ਸੀ ਜਿਹੜੀਆਂ ਆਪਣੇ ਪੰਜਾਬ 'ਚ ਜਿੱਤੀਆਂ ਸੀ। ਹੁਣ ਦਿੱਲੀ 'ਚੋਂ ਵੀ ਖਾਤਾ ਨਹੀਂ ਖੋਲ ਵੀ ਇਹਨਾਂ ਨੂੰ ਪਾਉਣ, ਇਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੈ, ਨੁਕਸਾਨ ਵਾਲੀ ਤਾਂ ਗੱਲ ਹੀ ਕੋਈ ਨਹੀਂ। ਇਹਨਾਂ ਨੂੰ ਫਾਇਦਾ ਤਾਂ ਵਾ ਕਿ ਇੱਕ ਤਾਂ ਹੁਣ ਪੰਜਾਬ ਦੇ ਵਿੱਚੋਂ ਖਾਤਾ ਵੀ ਖੁੱਲੂਗਾ, ਸੀਟਾਂ ਵੀ ਕਛਾਉਣਗੀਆਂ, ਤਾਂ ਆਪਾਂ ਨੂੰ ਵੀ ਪਤਾ ਕਿਉਂਕਿ ਸੱਤਾ ਪੰਜਾਬ 'ਚ ਇਹਨਾਂ ਦੇ ਕੋਲ ਹੈਗੀ। ਦਿੱਲੀ ਦੇ ਵਿੱਚੋਂ ਕਾਂਗਰਸ ਨਾਲ ਗੱਠਜੋੜ ਕਰਕੇ ਜਿਹੜੀ ਖ਼ਬਰ ਇਹ ਆ ਰਹੀ ਹੈਗੀ ਆ ਵੀ ਇਹ ਸੀਟਾਂ ਕੁਛ ਤਾਂ ਲੋਕ ਕਹਿੰਦੇ ਨੇ ਵੀ ਵੱਧ ਲਿਜਾਣਗੇ, ਪਰ ਜੇ ਅਸੀਂ ਮੰਨਦੇ ਵੀ ਚਲੋ ਵੱਧ ਨਾ ਲਿਜਾਣ, ਪਰ ਐਤਕੀ ਜ਼ੀਰੋ ਨਹੀਂ ਆਏਗੀ, ਐਤਕੀ ਕੁਛ ਨਾ ਕੁਛ ਫਾਇਦਾ ਹੋਏਗਾ, ਉਹ ਜਿਹੜਾ ਫਾਇਦਾ ਹੋਇਆ ਪਲੱਸ ਵਿੱਚ ਹੀ ਹੋਏਗਾ। ਅੱਛਾ, ਇਹਦੇ ਨਾਲ ਹੀ ਕੁਝ ਹੋਰ ਸੂਬਿਆਂ ਵਿੱਚ ਵੀ ਇਹਨਾਂ ਨੇ ਇੰਡੀਆ ਅਲਾਇੰਸ ਦੇ ਕੋਟੇ 'ਚੋਂ ਸੀਟਾਂ ਲਈਆਂ ਹੋਈਆਂ ਨੇ, ਉੱਥੇ ਵੀ ਮੰਨ ਲਓ ਇੱਕ ਅੱਧੀ ਸੀਟ ਲੈ ਕੇ ਜਾਂਦੇ ਆ, ਇਹ ਤਾਂ ਫਾਇਦੇ ਵਿੱਚ ਨੇ, ਸਿੱਧੀ ਜੀ ਗੱਲ ਆ। ਇਹ ਫਾਇਦੇ ਤੋਂ ਬਾਅਦ ਜੇ ਇਹਨਾਂ ਨੂੰ ਫਾਇਦਾ ਹੁੰਦਾ ਉਹ ਤੋਂ ਬਾਅਦ ਦੇ ਵਿੱਚ ਆਪਣੀ ਪੋਜੀਸ਼ਨ ਕੀ ਲੈਣਗੇ, ਉਹ ਉਹਦੇ ਉੱਤੇ ਹਲੇ ਮੈਨੂੰ ਡਾਊਟ ਹੈ ਜੀ। ਸੋ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਫਿਲਹਾਲ ਇੱਕ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਫਿਰ ਜੁੜਾਂਗੇ ਸਰਦਾਰ ਬਖਤੌਰ ਸਿੰਘ ਢਿੱਲੋਂਹਰਾ ਨਾਲ। ਅਤੇ ਮੇਰੀ ਗੁਜ਼ਾਰਿਸ਼ ਸਾਰੇ ਵੀਰਾਂ ਨੂੰ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪੋਂਸਰਸ਼ਿਪ ਜ਼ਰੂਰ ਭੇਜੋ ਜੀ। ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੇ ਉਮੀਦਾਂ ਨੇ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਖਰੇ ਉਤਰਦੇ ਰਹੀਏ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਅਤੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਅਤੇ ਜੀ ਵਿਆਹੀ ਕੱਪੜਿਆਂ ਦੀ ਤਾਂ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ,
ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੇਕਾਰ, ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ? ਮੰਨ ਲਓ 519-622-0660 QTL, because we care. Quick Truck News.